थैंक यू सो मच। मैं रणजीत रेडियो का तुहाडा बहुत धन्यवाद कर दी हाँ कि अज तुसी मौका दिता है कि तुहाडे थ्रू मैं दर्शकों के रूबरू हो सकां, ते मैं बहुत बहुत धन्यवाद कर दी हाँ। सब तो पहला ग्लोरी जी मैं बड़ी माफी चाहनी हाँ, और परमात्मा की कह लो कि एक भाणा होंगे जो सू मनना पैदा, पहला वड्डे सिस्टर उस तो बाद थोड़ी मदर, क्योंकि ये जिहड़ी संसारिक यात्रा हर किसी ने पूरा करके अपने कर्म करके दुनिया छड के जानी होंगी है, पिछे बहुत कुछ छड जाना होंगे है, और रिश्ते जिहड़े छड के जाते हैं उन्होंने बड़ी मुश्किल होंगी है दोबारा तो रिहैबिलिटेट करना। बिल्कुल मैम, कोशिश कर रही हूँ दोबारा तो खड़े होने की, क्योंकि एक तो एक एक तो बाद एक सानू सट लगी है, बड़ा तगड़ा सेटबैक है साडा जी। पहला मेरे सिस्टर चले गए ड्यू टू कैंसर, उस तो बाद मेरे मम्मा उन्होंने ही दुख च चले गए जी, और काफी कोशिश कर रहे हैं दोबारा तो खड़े होने की, क्योंकि मेरे मम्मा ते मेरे वड्डे भैन लाची बाबा जी अक्सर कहते होंगे सी कि शो मस्ट गो ऑन। हाँ वो ते गल हैगी ग्लोरी जी, पर मैं समझ सकती हाँ कि क्योंकि जेड़े साडे रिश्ते होंगे ना वो घाटा दूसरा बंदा पूरा नहीं कर सकता। बिल्कुल जी, मदर ते किसी ने बन नहीं जाना जी, ते वड्डियां भैणा भी मामा बराबर ही होंदियां ने। मेरे बड़े क्लोज सी लाची बाबा जी, असी बहुत समा कठे बतीत कीता जी, ते दूसरे मेरे मॉम इन्हां दा घाटा ते कोई नहीं पूरा कर सकदा। बिल्कुल मेरा परिवार इस वेले लाइक असी शॉक च भी हाँ, पर की करिए रब दा भाणा मन के बैठे हैं जी, कौन कवे करतार नू इंज नहीं तू इंज कर। बिल्कुल सही गल कह रहे हो जी, बहुत अच्छा है ये जिहड़ा कहिंदा कौन साई नू आखे ऑन ही इंज कर, है ना। बिल्कुल सही गल है, पर इस तरह हुंदा ग्लोरी बाबा जी, इस जिंदगी दी यात्रा है इसी तरह चलदी रहनी है, बहुत सारे रिश्ते छुटने हैं, बहुत सारे नवे मिलने हैं, पर आपां नू चलदे रहना पैणा। जे आपां शुरुआत दी गल करिए संगीत जगत दी, ते मैं काफी इन्हां दीआं इंटरव्यू सुणियां जिहदे च मैनूं पता चलिया कि तुहाडे पापा ने बड़ी जिहड़ी हैल्प कीती है इन्हां दी, और उन्होंने ही एस्टैबलिश किया इन्हों,
ਉਹ ਤੇ ਹੁਣ ਕਾਫੀ ਬਜ਼ੁਰਗ ਹੋ ਚੁੱਕੇ ਨੇ, ਮੈਂ ਦੇਖਿਆ ਸੀ ਉਹਨਾਂ ਨੂੰ। ਤੁਸੀਂ ਸਾਨੂੰ ਥੋੜਾ ਜਿਹਾ ਟਾਈਮ ਦੇ ਵਿੱਚ ਲਿਜਾ ਸਕਦੇ ਹੋ? ਮੈਂ ਬਿਲਕੁਲ ਜੀ, ਮੈਂ ਆਪਣੇ ਪਾਪਾ ਵੀਰ ਦੇ ਵਿੱਚ ਗੋਲਡ ਮੈਡਲ ਲਿਆ ਸੀ। ਉਦੋਂ 3 ਯੂਨੀਵਰਸਿਟੀਜ਼ ਹੁੰਦੀਆਂ ਸੀ, ਉਹ ਇਕੱਠੀਆਂ ਕੰਪੀਟੀਸ਼ਨ ਹੋਇਆ ਸੀ ਤੇ ਪਾਪਾ ਨੂੰ ਅਵਾਰਡ ਮਿਲਿਆ ਸੀ। ਅੱਛਾ ਜੀ। ਤੇ ਪਾਪਾ ਕੋਲੋਂ ਮੈਂ ਥੋੜੀ ਬਹੁਤ ਸਿੱਖੀ ਹੈ ਹੀਰ, ਤੇ ਮੈਂ ਮਾਫੀ ਚਾਹਾਂਗੀ ਥੋੜਾ ਕਿ ਅੱਜ ਕੱਲ ਸ਼ੋਜ਼ ਦੇ ਕਰਕੇ ਗਲੇ ਥੋੜੇ ਨਸਾਸ ਚੱਲ ਰਹੇ ਨੇ, ਔਰ ਉਤੋਂ ਠੰਡ ਵੀ ਬਹੁਤ ਹੈ ਅੰਮ੍ਰਿਤਸਰ ਦੇ ਵਿੱਚ। ਜੀ ਕੋਈ ਦਿੱਕਤ ਨਹੀਂ ਮੈਡਮ, ਕੋਈ ਗੱਲ ਜੀ, ਮੈਂ ਥੋੜੀ ਜਿਹੀ ਝਲਕ ਤੁਹਾਨੂੰ ਪੇਸ਼ ਕਰਾਂਗੀ, ਪਰ ਮਾਜ਼ਰਤ ਚਾਹੁੰਦੀ ਆ ਥੋੜੀ ਜਿਹੀ ਕਿ ਮੈਂ ਗਲਾ ਮੇਰਾ ਕਾਫੀ ਨਸਾਸ ਹੈ ਜੀ, ਤੇ ਪਰ ਫਿਰ ਵੀ ਮੈਂ ਤੁਹਾਨੂੰ ਹੀਰ ਦੇ 2 ਬੋਲ ਸੁਣਾਵਾਂਗੀ ਜੋ ਮੈਂ ਫਾਦਰ ਸਾਹਿਬ ਤੋਂ ਸਿੱਖੇ ਨੇ ਜੀ। ਹੀਰ ਆਖ ਦੀ ਜੋਗਿਆ ਤੂੰ ਝੂਠ ਆਖੇ ਤੇ ਕੌਣ ਰੁੱਠੜਿਆ ਰੇ ਮਨਾਉਂਦਾ ਈਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥੱਕੀ ਹਾਂ ਤੇ ਜਿਹੜਾ ਗਿਆ ਨੂੰ ਮੋੜ ਲਿਆਉਂਦਾ ਈ। ਕਿਆ ਬਾਤ ਹੈ ਜੀ, ਬਹੁਤ ਅੱਛੇ ਬਹੁਤ ਅੱਛਾ। ਅੱਛਾ ਮੈਡਮ, ਇੱਕ ਚੀਜ਼ ਜਿਹੜੀ ਹੈ, ਜਿਹੜਾ ਸਾਡਾ ਸੰਗੀਤ ਹੈ ਇਹ ਫੋਕ ਮਿਊਜ਼ਿਕ ਹੈ, ਅੱਜ ਦੀ ਜਿਹੜੀ ਯੂਥ ਜਨਰੇਸ਼ਨ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਸਾਰੀ ਇਹੋ ਜਿਹੀ ਹੈ, ਪਰ ਬਹੁਤਾਤ ਗਿਣਤੀ ਦੇ ਵਿੱਚ ਉਹ ਇਸ ਨੂੰ ਪਸੰਦ ਨਹੀਂ ਕਰਦੀ। ਔਰ ਮੈਨੂੰ ਏਦਾਂ ਲੱਗਦਾ ਜਿੱਦਾਂ ਮੈਂ ਬਹੁਤ ਸਾਰਾ ਫੋਕ ਸੁਣਿਆ, ਤੇਰੇ ਵਸਣ ਨੂੰ ਕੋਠੜੀਆਂ ਤੇਰੇ ਕੱਟਣ ਨੂੰ ਵਿਹੜਾ, ਹੈ ਨਾ, ਤੇ ਇਹਦੇ ਵਿੱਚ ਜਿਹੜੀ ਸਾਡੀ ਪੰਜਾਬੀ ਸੱਭਿਆਚਾਰ ਦੀ ਝਲਕ ਹੈ ਕਿ ਘਰ ਦੇ ਜਿਹੜਾ ਇੱਕ ਘਰ ਉਹ ਵਸਦਾ ਰਸਦਾ ਹੁੰਦਾ, ਤੇ ਉਹਦੇ ਹੀ ਪੈਰਲਲ ਜੇ ਅੱਜ ਸਮਾਜ ਦੀ ਗੱਲ ਕਰੀਏ ਤੇ ਲਿਵਿੰਗ ਰਿਲੇਸ਼ਨਸ਼ਿਪ ਆ ਗਿਆ, ਹੈ ਨਾ, ਤਾਂ ਉਹ ਵਿਹੜਾ ਔਰ ਉਹ ਤੇਰੇ ਇੱਕ ਹੋਰ ਬੜਾ ਵਧੀਆ ਮੈਡਮ ਗਾਉਂਦੇ ਸੀ ਬੀਬੀ ਚੰਨਣ ਦੇ ਓਲੇ ਕਿਉਂ ਖੜੀ, ਧੀਏ ਕਿਹੋ ਜਿਹਾ ਵਰ ਲੋੜੀਏ। ਤੁਹਾਨੂੰ ਲੱਗਦਾ ਕਿ ਜਿਹੜਾ ਫੋਕ ਮਿਊਜ਼ਿਕ ਜਦੋਂ ਘੱਟ ਹੋਇਆ ਉਹਦੇ ਨਾਲ ਹੀ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਸੀ ਉਹਦੇ ਵਿੱਚ ਵੀ ਨਿਘਾਰ ਆਇਆ, ਲੋਕਾਂ ਦੇ ਰਹਿਣ ਸਹਿਣ ਉਹਦੀ ਸੋਚ ਵਿੱਚ, ਕਿਉਂਕਿ ਸੰਗੀਤ ਦੇ ਬਦਲਣ ਦੇ ਨਾਲ ਲੋਕਾਂ ਦੀ ਸੋਚ ਵੀ ਬਦਲੀ ਹੈ, ਮੈਨੂੰ ਏਦਾਂ ਲੱਗਦਾ ਜੀ। ਬਿਲਕੁਲ ਮੈਮ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹ ਸਾਡੇ ਮਿਊਜ਼ਿਕ ਦਾ ਜਿਹੜਾ ਟੈਕਸਚਰ ਬਦਲ ਗਿਆ, ਇਹਦਾ ਫਲੇਵਰ ਬਦਲ ਗਿਆ ਜੀ। ਲੋਕਾਂ ਨੇ ਜ਼ਿਆਦਾ ਵੈਸਟਰਨ ਚੀਜ਼ਾਂ ਨੂੰ ਅਡਾਪਟ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਵਿੱਚ ਮਿਊਜ਼ਿਕ ਵੀ ਆ ਗਿਆ ਜੀ, ਕਿਉਂਕਿ ਬਹੁਤ ਸਾਰੇ ਐਸੇ ਜਿਵੇਂ ਤੁਸੀਂ ਕਹਿ ਲਓ ਕਿ ਸਭ ਤੋਂ ਪਹਿਲੀ ਗੱਲ ਇਹੋ ਹੀ ਹੈ ਕਿ ਅਸੀਂ ਨਿਊ ਈਅਰ ਮਨਾਉਂਦੇ ਹਾਂ ਜੀ, ਅਸੀਂ 31 ਦਸੰਬਰ ਨੂੰ ਨਿਊ ਈਅਰ ਮਨਾਉਂਦੇ ਹਾਂ ਮੈਡਮ, ਬਿਲਕੁਲ, ਪਰ ਸਾਡਾ ਨਿਊ ਈਅਰ ਉਦੋਂ ਹੁੰਦਾ ਜਦੋਂ ਚੇਤਰ ਚੜ੍ਹਦਾ। ਹਾਂਜੀ ਹਾਂਜੀ, ਬਿਲਕੁਲ ਸਹੀ ਆਖਿਆ ਤੁਸੀਂ, ਠੀਕ ਹੈ ਨਾ। ਇਹ ਚੀਜ਼ਾਂ ਇਹ ਅਡੈਪਟ ਕਰਦੇ 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 ਫਿਰ ਜਿਹੜੀਆਂ ਚੀਜ਼ਾਂ ਦੀ ਪ੍ਰੋਮੀਨੈਂਸੀ ਜ਼ਿਆਦਾ ਹੋ ਜਾਂਦੀ ਹੈ, ਜਿਹੜੀਆਂ ਚੀਜ਼ਾਂ ਦਾ ਉਹ ਫਿਰ ਉਹ ਲੋਕ ਉਹਨੂੰ ਉਹਦੇ ਵੱਲ ਜੀ, ਮਿਊਜ਼ਿਕ ਆਉਣ ਦੇ ਨਾਲ ਨਾਲ ਸਾਡੇ ਮਿਊਜ਼ਿਕ ਦੀ ਸਾਰੀ ਨੁਹਾਰ ਬਦਲ ਗਈ, ਇਹਦਾ ਸਾਡੇ ਆਚਾਰ ਵਿਹਾਰ ਸੱਭਿਆਚਾਰ ਤੇ ਬਹੁਤ ਫਰਕ ਪੈਂਦਾ, ਬਹੁਤ ਜ਼ਿਆਦਾ ਫਰਕ ਪੈਂਦਾ ਜੀ। ਜਿਹੜੀ ਤੁਸੀਂ ਗੱਲ ਕਹੀ ਹੈ ਲਿਵਿੰਗ ਰਿਲੇਸ਼ਨਸ਼ਿਪ ਹੈ, ਜਿਹੜੇ ਵਿਹੜੇ ਜੀ, ਸਭ ਕੁਛ ਇਹ ਸਾਰਾ ਉਹਦਾ ਹਿੱਸਾ ਨੇ ਮੈਡਮ, ਜਿਵੇਂ ਬੰਦਾ ਜੋ ਸੋਚੇਗਾ ਜੋ ਸੁਣੇਗਾ। ਹੁਣ ਸਾਡੇ ਘਰ ਅਗਰ ਕੋਈ ਮਹਿਮਾਨ ਆਉਂਦਾ ਹੈ ਤੇ ਅਗਰ ਅਸੀਂ ਉਹਨੂੰ ਕੁਛ ਪਰੋਸਦੇ ਹਾਂ ਤੇ ਉਹੀ ਖਾਏਗਾ ਪੀਏਗਾ, ਬਿਲਕੁਲ ਸਹੀ ਕਹਿ ਰਹੇ ਹੋ ਜੀ। ਹਾਂਜੀ, ਤੇ ਉਹ ਬਸ ਫਿਰ ਉਹੀ ਇਹ ਮਹਿਮਾਨ ਨਵਾਜ਼ੀ ਜਿਹੜੀ ਸਾਡੀ ਆ ਉਹ ਬਦਲ ਗਈ ਹੈ, ਅਸੀਂ ਇਹਦਾ ਕਾਫੀ ਸਾਰੇ ਜ਼ਿੰਮੇਵਾਰੀ ਕਲਾਕਾਰਾਂ ਦੀ ਵੀ ਬਣਦੀ ਹੈ, ਕੁਝ ਲਿਖਣ ਵਾਲਿਆਂ ਦੀ ਵੀ ਬਣਦੀ ਹੈ, ਕੁਝ ਗਾਇਕਾਂ ਦੀ ਵੀ ਬਣਦੀ ਹੈ, ਕੁਛ ਮੀਡੀਆ ਦੀ ਵੀ ਹੈ, ਭਈ ਉਹ ਉਹੀ ਗਾਣਿਆਂ ਨੂੰ ਅੱਗੇ ਪ੍ਰਮੋਟ ਕਰਨ ਜਿਹੜੇ ਸਾਡੇ ਪੰਜਾਬੀ ਸੱਭਿਆਚਾਰ, ਸਾਡੀ ਰਹਿਣੀ ਬਹਿਣੀ, ਸਾਡਾ ਆਚਾਰ ਵਿਹਾਰ, ਸਮਾਜਿਕ ਤੌਰ ਤੇ ਜੋ ਚੀਜ਼ ਸਾਡੀ ਉਹ ਹੈ ਪ੍ਰਵਾਨ, ਜਿਹਨੂੰ ਸਮਾਜ ਪ੍ਰਵਾਨ ਕਰਦਾ, ਉਹਨਾਂ ਚੀਜ਼ਾਂ ਨੂੰ ਅੱਗੇ ਪ੍ਰਮੋਟ ਕੀਤਾ ਜਾਵੇ। ਬਿਲਕੁਲ, ਮੈਨੂੰ ਲੱਗਦਾ ਕਿ ਹੁਣ ਜਿਹੜੀ ਪੰਜਾਬ ਆਰਟ ਕੌਂਸਲ ਹੈ ਉਹਦੇ ਵੱਲ ਜ਼ਰੂਰ ਧਿਆਨ ਦੂਗੀ, ਕਿ ਮੇਰੀ ਸੁਰਜੀਤ ਪਾਤਰ ਜੀ ਨਾਲ ਵੀ ਕਈ ਵਾਰ ਗੱਲ ਹੋਈ ਹੈ, ਔਰ ਇਸ ਵਿਸ਼ੇ ਤੇ ਬੜੀ ਸੰਜੀਦਾ ਪੱਧਰ ਦੇ ਉੱਤੇ ਗੱਲ ਹੁੰਦੀ ਹੈ ਕਿ ਏਦਾਂ ਦੀ ਗੱਲ ਨਹੀਂ ਕਿ ਲਿਖਣ ਵਾਲਿਆਂ ਦੀ ਕੋਈ ਕਮੀ ਹੈ। ਹਾਂਜੀ, ਪਰ ਮੈਨੂੰ ਏਦਾਂ ਲੱਗਦਾ ਮੈਡਮ, ਮੈਂ ਕਈ ਵਾਰੀ ਸੋਚਦੀ ਹਾਂ ਕਿ ਜਿਹੜੀ ਸਾਡੀ ਬਰੀਕ ਸੋਚ ਹੁੰਦੀ ਸੀ, ਜਿਹੜਾ ਸਾਡੀ ਗੱਲਾਂ ਬਾਤਾਂ ਦੇ ਵਿੱਚ ਵਜ਼ਨ ਸੀ, ਗਹਿਰਾਈ ਸੀ, ਉਹ ਸ਼ਾਇਦ ਇਸ ਕਰਕੇ ਸੀ ਕਿ ਅਸੀਂ ਅਧਿਐਨ ਵੀ ਬਹੁਤ ਕਰਦੇ ਹੁੰਦੇ ਸੀ ਔਰ ਅਸੀਂ ਮਿਹਨਤ ਵੀ ਬਹੁਤ ਕਰਦੇ ਹੁੰਦੇ ਸੀ ਜੀ, ਮਿਹਨਤ ਹੀ ਤੇ ਗੱਲ ਮੈਂ ਤੁਹਾਨੂੰ ਹੁਣੇ ਦੱਸ ਦੇ ਰਹੀ ਹਾਂ ਕਿ ਗੁਰਮੀਤ ਬਾਵਾ ਜੀ ਨੇ ਜਦੋਂ ਗਾਣਾ ਸ਼ੁਰੂ ਕੀਤਾ ਜੀ, ਤੇ ਉਹਨਾਂ ਨੇ ਇਹ ਹੀ ਕਿਹਾ ਕਿ
ਸਭ ਤੋਂ ਪਹਿਲਾਂ ਉਹਨਾਂ ਨੇ ਇਹੀ ਗੱਲ ਕਹੀ ਕਿ ਪੰਜਾਬੀ ਵਿਰਸਾ ਜਿਹੜਾ ਹੈ ਬੜਾ ਅਮੀਰ ਹੈ, ਜੀ ਬਹੁਤ ਅਮੀਰ ਹੈ ਵਿਰਸਾ, ਬੜਾ ਵਾਸਟ ਹੈ, ਬੜਾ ਡੂੰਘਾ ਹੈ ਤੇ ਬੜਾ ਅਮੀਰ ਹੈ। ਜੀ ਉਹਨਾਂ ਨੇ ਪਿੰਡ ਪਿੰਡ ਜਾ ਕੇ ਉਹ ਸੁਹਾਗ, ਉਹ ਘੋੜੀਆਂ, ਉਹ ਗਾਣੇ ਲੱਭੇ ਨੇ ਜਿਹੜੇ ਅਲੋਪ ਹੋ ਰਹੇ ਸੀ ਉਹਨਾਂ ਦੀਆਂ ਨਾਨੀਆਂ ਦਾਦੀਆਂ ਦੇ ਟਾਈਮ। ਅੱਛਾ ਜੀ। ਉਹਨਾਂ ਨੇ ਉਹ ਗਾਣੇ ਲੱਭੇ, ਉਹਨਾਂ ਨੂੰ ਤਾਲਬੱਧ ਲਿਪੀਬੱਧ ਕੀਤਾ ਤੇ ਉਹਨਾਂ ਨੂੰ ਲੋਕਾਂ ਦੇ ਸਨਮੁਖ ਰੱਖਿਆ, ਰੇਡੀਓ ਤੇ ਗਾਇਆ, ਟੀਵੀ ਤੇ ਗਾਇਆ, ਮਤਲਬ ਉਹਨਾਂ ਨੂੰ ਰਿਵਾਈਜ਼ ਕੀਤਾ ਯੂ ਕੈਨ ਸੇ। ਜੀ ਅੱਛਾ ਮੈਡਮ, ਉਹ ਜਿਹੜੇ ਪੁਰਾਣੇ ਗੀਤ ਉਹਨਾਂ ਨੇ ਲੱਭੇ ਉਹ ਕਿਸੇ ਕਿਤਾਬ ਦੇ ਵਿੱਚ ਮੌਜੂਦ ਨੇ ਹੁਣ? ਹਾਂਜੀ, ਉਹਨਾਂ ਦੇ ਮੰਮਾ ਦੇ PhD ਵਗੈਰਾ ਹੋਈ ਹੈ ਤੇ ਇੱਕ ਹੋਰ ਦੋ ਤਿੰਨ ਕਿਤਾਬਾਂ ਨੇ ਸਾਡੇ ਕੋਲ ਤੇ ਮੰਮਾ ਦੀਆਂ, ਹੋਰ ਇਹਨਾਂ ਨੇ ਡਾਇਰੀਜ਼ ਦੇ ਵਿੱਚ ਵੀ ਇਕੱਠੇ ਕੀਤੇ ਸੀ ਤੇ ਤੁਹਾਨੂੰ ਪੁਰਾਣੇ ਰਿਕਾਰਡਸ ਵੀ ਮੰਮਾ ਦੇ ਮਿਲ ਜਾਣਗੇ ਕਿਉਂਕਿ ਮੰਮਾ ਨੇ ਨਾ ਐਕਚੁਅਲੀ ਰਿਕਾਰਡਿੰਗ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ, ਉਹ ਲੋਕਾਂ ਦੇ ਕਲਾਕਾਰ ਸੀ, ਰੂਬਰੂ ਰਹਿ ਕੇ ਗਾਣਾ ਜ਼ਿਆਦਾ ਪਸੰਦ ਕਰਦੇ ਸੀ। ਜੀ 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 ਸੋ ਦੈਟਸ ਵਾਈ ਤੇ ਜਿਹੜੇ ਲੰਬੇ ਗੀਤ ਜਿਹੜੇ ਅਸੀਂ ਕਹਿੰਦੇ ਹਾਂ, ਜਿਹੜੀ ਪੁਰਾਣੀਆਂ ਨਾਨੀਆਂ ਦਾਦੀਆਂ ਗਾਉਂਦੀਆਂ ਸੀ ਲੰਬੇ ਗੀਤ ਜਿਹਨਾਂ ਨੂੰ ਕਿਹਾ ਜਾਂਦਾ ਬਿਨਾਂ ਤਾਲ ਤੋਂ ਜਿਹੜੇ ਹੁੰਦੇ ਨੇ, ਬਿਨਾਂ ਲੈਅ ਤੋਂ, ਲੈਅ ਤੇ ਹੁੰਦੀ ਹੈ ਉਹਦੇ ਵਿੱਚ ਪਰ ਤਾਲ ਨਹੀਂ ਹੁੰਦੀ, ਤੇ ਉਹ ਵਾਲੇ ਗੀਤ ਮੰਮਾ ਨੇ ਉਹਨਾਂ ਨੂੰ ਤਾਲਬੱਧ ਕਰਕੇ, ਉਹਨਾਂ ਨੂੰ ਸੰਗੀਤਬੱਧ ਕਰਕੇ ਤੇ ਉਹਨਾਂ ਨੂੰ ਫੋਕ ਇੰਸਟਰੂਮੈਂਟ ਦੇ ਨਾਲ ਉਹਨਾਂ ਨੇ ਰੇਡੀਓ TV ਤੇ ਗਾਇਆ ਤੇ ਉਹਨਾਂ ਨੂੰ ਰਿਵਾਈਵ ਕੀਤਾ। ਇਹ ਤੁਸੀਂ ਮਿਹਨਤ ਕਰਨ ਦੀ ਗੱਲ ਕੀਤੀ ਨੇ ਵੀ ਅਸੀਂ ਉਦੋਂ ਅਧਿਐਨ ਹੁੰਦਾ ਸੀ, ਮਿਹਨਤਾਂ ਹੁੰਦੀਆਂ ਸੀ ਤੇ ਇਹ ਗੁਰਮੀਤ ਬਾਵਾ ਜੀ ਨੇ ਇਹ ਕਦਮ ਚੁੱਕੇ ਸਨ ਕਿ ਪੰਜਾਬੀ ਵਿਰਸੇ ਤੇ ਪੰਜਾਬੀਅਤ ਨੂੰ ਬਚਾਉਣ ਲਈ। ਹਾਂ ਚਲੋ, ਮੰਨਦੇ ਆ ਕਿ ਸੰਗੀਤ ਦੀਆਂ ਬਹੁਤ ਸਾਰੀਆਂ ਵੰਨਗੀਆਂ ਨੇ, ਰੈਪ ਵੀ ਹੈ, ਫੋਕ ਵੀ ਹੈ, ਬੀਟ ਮਿਊਜ਼ਿਕ ਵੀ ਹੈ, ਲੇਕਿਨ ਹਰ ਚੀਜ਼ ਦਾ ਇੱਕ ਸਮਾਂ ਹੁੰਦਾ, ਕਿਹੜੇ ਵੇਲੇ ਕਿਹੜੀ ਚੀਜ਼, ਔਰ ਇੱਕ ਜਿਹੜੀ ਪਰਟੀਕੂਲਰ ਲਿਸਨਰ ਜਿਹੜਾ ਹੁੰਦਾ, ਏਜ ਗਰੁੱਪ ਹੁੰਦਾ। ਹਾਂਜੀ ਹਾਂਜੀ, ਹੁਣ ਕੋਈ 8 ਸਾਲ ਦਾ ਬੱਚਾ ਕੁਛ ਸੁਣ ਰਿਹਾ, ਠੀਕ ਹੈ, ਔਰ ਜਦੋਂ ਇੱਕ ਸਹੀ ਉਮਰ ਆ ਜਾਏ ਉਦੋਂ ਸਹੀ ਚੀਜ਼ ਸੁਣੀ ਜਾਵੇ ਤਾਂ ਹੀ ਸੈੱਟ ਰਹਿੰਦਾ ਕੰਮ ਇਹ। ਮੈਂ ਉਸ ਗੱਲ ਤੇ ਵੀ ਆਉਂਦੀ ਹਾਂ, ਤੁਹਾਡੀ ਫੋਕ ਜਿਹੜੇ ਇੰਸਟਰੂਮੈਂਟ ਹੈਗੇ ਉਹਨਾਂ ਤੇ ਵੀ ਆਉਂਦੀ ਹਾਂ। ਉਸ ਤੋਂ ਪਹਿਲਾਂ ਇੱਕ ਅਹਿਮ ਗੱਲ ਇਹ ਹੈ ਕਿ ਜਿਹੜੇ ਗੁਰਮੀਤ ਬਾਵਾ ਜੀ ਨੇ ਜਿਹੜੇ ਗੀਤ ਲੱਭੇ ਹੈਗੇ ਨੇ, ਜਿਹੜੇ ਉਹਨਾਂ ਨੇ ਡਾਇਰੀ ਦੇ ਵਿੱਚ ਲਿਖੇ ਹੋਏ ਨੇ ਜਾਂ ਉਹ ਕਿਤਾਬਾਂ ਨੇ, ਉਹਨਾਂ ਨੂੰ ਤੁਸੀਂ ਜ਼ਰੂਰ ਸੰਭਾਲ ਕੇ ਆਉਣ ਵਾਲੀ ਪੀੜ੍ਹੀ ਲਈ ਰੱਖੋ, ਉਹਨੂੰ ਛਪਵਾਓ। ਮੈਂ ਜੀ ਕੋਸ਼ਿਸ਼ ਕਰ ਰਹੀ ਹਾਂ, ਨਾਲੇ ਮੈਂ ਛਪਵਾਵਾਂਗੀ ਵੀ ਤੇ ਨਾਲੇ ਮੈਂ ਉਹਨਾਂ ਨੂੰ ਗਾ ਕੇ ਲੋਕਾਂ ਦੇ ਸਨਮੁਖ ਰੱਖਾਂਗੀ ਜੀ ਕਿ ਇਹ ਸਾਡੇ ਗਾਣੇ ਸਨ, ਇਹ ਸਾਡੀਆਂ। ਜੀ ਕੋਈ ਮਦਦ ਦੀ ਲੋੜ ਹੋਵੇ ਤੇ ਆਪਣੇ ਡਾਕਟਰ, ਮੈਂ ਜੀ ਡੈਫੀਨੇਟਲੀ, ਮੈਂ ਡੈਫੀਨੇਟਲੀ। ਹਾਂ ਡਾਕਟਰ ਗੁਰਭਜਨ ਗਿੱਲ ਜੀ ਨੇ ਆਪਣੇ ਲੁਧਿਆਣੇ ਤੋਂ, ਠੀਕ ਹੈ ਨਾ? ਅੱਛਾ ਅੱਛਾ ਜੀ, ਹਾਂਜੀ 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 ਜੀ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਜੀ। ਹਾਂਜੀ, ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਕਿਉਂਕਿ ਆਪਾਂ ਇਹਨਾਂ ਚੀਜ਼ਾਂ ਨੂੰ ਸੰਭਾਲਣਾ ਹੈ, ਬਿਲਕੁਲ ਮੈਮ, ਹੋ ਸਕੇ ਇਹੀ ਉਹਨਾਂ ਨੂੰ ਸ਼ਰਧਾਂਜਲੀ ਹੈ ਗੁਰਮੀਤ ਬਾਬਾ ਜੀ ਨੂੰ। ਸਹੀ ਸਹੀ ਹੈ ਮੈਮ, ਬਿਲਕੁਲ ਸਹੀ ਕਹਿ ਰਹੇ ਤੁਸੀਂ। ਅੱਛਾ, ਦੂਸਰੀ ਗੱਲ ਮੈਡਮ, ਜਿਹੜਾ ਅਲਗੋਜ਼ਾ ਅਸੀਂ ਛੋਟੇ ਹੁੰਦੇ ਨਾ ਤਾਂ ਦੇਖਦੇ ਸੀ, ਤਾਂ ਮੈਨੂੰ ਇੱਕ ਚੀਜ਼ ਬੜੀ ਪਿਆਰੀ ਲੱਗਦੀ ਹੈ ਜੀ, ਮੈਨੂੰ ਵੀ ਵੈਸੇ ਬੇਸਿਕਲੀ ਜਿਹੜਾ ਸਟੇਜ ਉੱਤੇ ਡਾਂਸ ਕਰਕੇ ਉਹ ਗੀਤ ਇੱਦਾਂ ਦੀ ਸ਼ਬਦਾਵਲੀ ਹੁੰਦੀ, ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਦੇਖਣ ਨੂੰ ਹੀ ਨਹੀਂ ਚੰਗੀਆਂ ਲੱਗਦੀਆਂ। ਉਹ ਏਦਾਂ ਲੱਗਦਾ ਜਿੱਦਾਂ ਕਿਸੇ ਔਰਤ ਨੂੰ ਬੇਇੱਜ਼ਤ ਕੀਤਾ ਹੋਵੇ, ਬਿਲਕੁਲ ਸਾਰਿਆਂ ਦੇ ਸਾਹਮਣੇ ਉੱਪਰ ਪੈਸੇ ਸੁੱਟ ਰਹੇ, ਇਹ ਚੀਜ਼ਾਂ ਮੈਨੂੰ ਵੀ ਪਸੰਦ ਨਹੀਂ ਹੈ। ਤੁਹਾਡਾ ਜਿਹੜਾ ਬੈਠਣਾ, ਜਿਹੜਾ ਤੁਹਾਡਾ ਸਟਾਈਲ ਸੀ ਤਿੰਨਾਂ ਦਾ ਬੈਠਣ ਦਾ, ਹਾਂਜੀ, ਉਹ ਵਾਕਈ ਮੈਂ ਕਹਿੰਦੀ ਇੰਨੀ ਐਪਰੀਸ਼ੀਏਟੇਬਲ ਔਰ ਇੰਨਾ ਸ਼ਾਨਦਾਰ ਲੱਗਦਾ ਹੈ ਨਾ। ਉੱਪਰੋਂ ਜਿਹੜੀ ਤੁਹਾਡੀ ਡਰੈਸ ਸੈਂਸ ਹੈ ਉਹ ਬਹੁਤ ਅੱਛੀ ਲੱਗਦੀ। ਇੱਕ ਤੁਸੀਂ ਨਾ ਤੁਹਾਡਾ ਇੱਕ ਗਾਣਾ ਆਉਂਦਾ ਹੁੰਦਾ ਸੀ, ਚਿੱਟੀਆਂ ਚਿੱਟੀਆਂ ਕੂੰਜਾਂ, ਕੂੰਜਾਂ ਮੇਰੇ ਦੇਸ਼ ਤੋੜਦੀਆਂ, ਹਾਂਜੀ ਹਾਂਜੀ, ਉਹ ਅਸੀਂ ਜ਼ਰੂਰ ਤੁਹਾਡੇ ਸੁਣਨਾ ਚਾਹੁੰਦੇ। ਮੈਂ ਏਦਾਂ ਤੁਰੇ ਫਿਰਦੇ ਖੇਡਦੇ, ਮਤਲਬ ਏਦਾਂ ਕੁਛ ਨਾ ਕੁਛ ਦੇਖਦੇ ਰਹਿੰਦੇ ਸੀਗੇ ਬਾਬਲਾ, ਚਿੱਟੀਆਂ ਚਿੱਟੀਆਂ ਕੂੰਜਾਂ ਨੀ ਤੇਰੇ ਦੇਸ਼ ਦੇ, ਤੇਰੇ ਦੇਸ਼ ਸੁਣਦੀਆਂ ਆਈਆਂ, ਬਾਬਲਾ ਕਾਨੂੰ ਦੂਰ ਵਿਆਹਿਆ, ਕੂੰਜ ਵਿਛੋੜਾ ਪਾਇਆ। ਜੀ ਜੀ, ਤੇ ਹੁਣ ਤੇ ਅੱਜ ਕੱਲ ਦੇ ਕਈ ਐਸੇ ਲੋਕ ਨੇ ਜਿਨ੍ਹਾਂ ਨੂੰ ਕੂੰਜ ਦਾ ਮਤਲਬ ਵੀ ਨੀ ਪਤਾ ਹੈਗਾ ਕਿ ਕੂੰਜ ਕੀ ਹੁੰਦੀ ਹੈ। ਨਾਲੇ ਇੱਕ ਚੀਜ਼ ਹੋਰ ਬਦਲੀ ਨਾ ਮੈਡਮ, ਕਿ ਅੱਜ ਕੱਲ ਤਾਂ ਇੱਕ ਘਰ ਛੱਡ ਕੇ ਦੂਸਰੇ ਘਰ ਜਾ ਬੈਂਦੇ ਨੇ, ਹਾਂਜੀ ਹਾਂਜੀ, ਤੇ ਫਿਰ ਵਿਚਾਰੇ ਗਾਣਾ ਕਿੱਥੋਂ ਗਾਉਣਗੇ ਇਹ। ਹਾਂਜੀ ਬਿਲਕੁਲ ਸਹੀ ਜੀ, ਜ਼ਰੂਰ ਜੀ, ਜ਼ਰੂਰ ਸੁਣਨਾ ਚਾਹੁੰਦੇ ਤੁਹਾਡੇ ਤੋਂ ਅਸੀਂ। ਜੀ ਜੀ, ਮੈਂ ਸੁਣਾਵਾਂਗੀ ਜ਼ਰੂਰ, ਇਹ ਗਾਣਾ ਸਾਨੂੰ ਮੰਮਾ ਨੇ ਤਿਆਰ ਕਰਵਾਇਆ ਸੀ। ਅੱਛਾ ਜੀ, ਮੈਨੂੰ ਤੇ ਲਾਚੀ ਨੂੰ, ਮੇਰੇ ਵੱਡੇ ਸਿਸਟਰ ਨੂੰ ਮੈਂ ਸੁਣਾਵਾਂਗੀ। ਬਾਬਲਾ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ ਤੋਂ ਉੱਡਦੀਆਂ, ਬਾਬਲਾ ਚਿੱਟੀਆਂ ਚਿੱਟੀਆਂ ਕੂੰਜਾਂ ਤੇਰੇ ਦੇਸ ਤੋਂ ਉੱਡਦੀਆਂ, ਬਾਬਲਾ ਕਾਨੂੰ ਦੂਰ ਵਿਆਇਆ, ਮੈਨੂੰ ਕੂੰਜ ਵਿਛੋੜਾ ਪਾਇਆ, ਬਾਬਲਾ ਕਾਨੂੰ ਦੂਰ ਵਿਆਇਆ, ਮੈਨੂੰ ਕੂੰਜ ਵਿਛੋੜਾ ਪਾਇਆ, ਨਿਯਮ ਬੜੀਏ ਚਿੱਟੀਆਂ ਚਿੱਟੀਆਂ
ਕੁੰਜਾਂ ਤੇਰੇ ਦੇਸ ਤੋਂ ਉਡਦੀਆਂ ਆ, ਅੰਬੜੀਏ ਕਾਨੂੰ ਦੂਰ ਵਿਆਇਆ, ਮੈਨੂੰ ਪੂੰਜ ਵਿਛੋੜਾ ਪਾਇਆ। ਵਾਹ ਜੀ ਵਾਹ, ਬਹੁਤ ਅੱਛੇ ਮੈਡਮ, ਬਹੁਤ ਅੱਛਾ। ਮਤਲਬ ਕਿ ਨਾ ਇੱਕ ਰੂਹ ਦੇ ਧੁਰ ਤੱਕ ਜਾਂਦੀ ਹੈ ਆਵਾਜ਼। ਹਾਂਜੀ ਜਦੋਂ ਆਪਾਂ ਦੂਸਰੇ, ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦੀ, ਪਰ ਉਹ ਐਵਰਗ੍ਰੀਨ ਚੀਜ਼ਾਂ ਨਹੀਂ ਹੈਗੀਆਂ। ਹਾਂਜੀ ਮੈਮ, ਐਵਰਗ੍ਰੀਨ ਮੈਮ ਚੀਜ਼ਾਂ ਉਹੀ ਨੇ ਜੋ ਸਾਡੇ ਲੋਕ ਗੀਤ ਨੇ, ਜੋ ਸਾਡੀਆਂ ਲੋਕ ਗਾਥਾਵਾਂ ਨੇ, ਜੋ ਸਾਡਾ ਲੋਕ ਸੰਗੀਤ ਹੈ, ਜੋ ਬੰਦੇ ਦੇ ਜਨਮ ਤੋਂ ਲੈ ਕੇ ਬੰਦੇ ਦੇ ਮਰਨ ਤੱਕ ਨਾਲ ਰਹਿੰਦਾ। ਬਿਲਕੁਲ ਬਿਲਕੁਲ ਬਿਲਕੁਲ, ਹਰ ਤੁਸੀਂ ਚੀਜ਼ ਕਦੀ ਦੇਖ ਲਓ, ਹਰ ਮਾਂ, ਤੁਸੀਂ ਵੀ ਮਦਰ ਹੋਵੋਗੇ, ਮੈਂ ਵੀ ਮਾਂ ਆ, ਹਰ ਮਾਂ ਜਿਹੜੀ ਹੈ ਉਹ ਇਹ ਤੁਹਾਡੇ ਲੋਕ ਗੀਤ ਤੁਹਾਡੇ ਮਨ ਦੇ ਜਜ਼ਬਾਤ ਨੇ, ਤੁਹਾਡੇ ਮਨ ਦੇ ਉੱਠੇ ਹੋਏ ਵਲਵਲੇ ਨੇ। ਜੀ ਜ਼ਿਆਦਾਤਰ ਲੋਕ ਗੀਤ ਨੇ ਜੋ ਲੇਡੀਜ਼ ਦੁਆਰਾ ਹੀ ਰਚੇ ਗਏ। ਜੀ ਜੀ ਹੁਣ ਤੁਸੀਂ ਇਹ ਸੋਚ ਲਓ ਕਿ ਜਦੋਂ ਮਾਂ ਗੋਦੀ ਦੇ ਵਿੱਚ ਬੱਚੇ ਨੂੰ ਲੈਂਦੀ ਹੈ ਤੇ ਬੱਚੇ ਨੂੰ ਕਰਦੀ ਹੈ ਵਾਹ ਵਾਹ, ਇਹ ਵੀ ਇੱਕ ਤਾਲ ਹੈ, ਇਹ ਲੈ, ਜੀ ਇਹਦੇ ਤੋਂ ਹੀ ਲੋਕ ਗੀਤ ਹੈ, ਇਹਦੇ ਤੋਂ ਹੀ ਇਹ ਬੱਚੇ ਦੇ ਜਨਮ ਦੀ ਲੋਰੀ ਹੈ। ਕੋਈ ਮਾਂ ਕੋਈ ਕਿਤਾਬ ਤੋਂ ਪੜ੍ਹ ਕੇ ਤੇ ਸੁਣਾਉਂਦੀ ਨਹੀਂ, ਜੀ ਠੀਕ ਹੈ ਨਾ, ਉਹ ਜਜ਼ਬਾਤ, ਉਹ ਵਲਵਲੇ, ਤਾਂ ਹੀ ਇਹ ਚੀਜ਼ਾਂ ਜ਼ਿਆਦਾ ਮਿੱਠੀਆਂ ਲੱਗਦੀਆਂ ਨੇ, ਤਾਂ ਹੀ ਇਹ ਚੀਜ਼ਾਂ ਜ਼ਿਆਦਾ ਗਹਿਰੀਆਂ ਲੱਗਦੀਆਂ ਨੇ, ਕਿਉਂਕਿ ਇਹ ਸਾਡੇ ਆਂਦਰਾਂ ਨਾਲ ਜੁੜੀਆਂ ਨੇ, ਬਿਲਕੁਲ ਸਹੀ ਸਾਡੀਆਂ ਹੈ। ਜੜ੍ਹਾਂ ਨਾਲ ਜੁੜੀਆਂ ਨੇ। ਹਾਂਜੀ ਪਰ ਮੈਡਮ ਅੱਜ ਇਹ ਮੈਨੂੰ ਨਾਲ ਨਾਲ ਇਹ ਕਹਿਣਾ ਪੈ ਰਿਹਾ, ਕਿਉਂਕਿ ਮੈਂ ਦੱਸ ਰਹੀ ਹਾਂ ਲੋਕਾਂ ਨੂੰ ਕਿ ਫੋਕ ਮਿਊਜ਼ਿਕ ਦੀ ਜਿਹੜਾ ਆ ਅਣਹੋਂਦ ਕਾਰਨ, ਜਾਂ ਤੁਸੀਂ ਉਹਨੂੰ ਸੁਣ ਨਹੀਂ ਰਹੇ ਤੇ ਸਾਡੇ ਜੀਵਨ ਚ ਕੀ ਘਾਟਾ ਪੈ ਰਿਹਾ। ਤੁਸੀਂ ਹੁਣ ਕਹਿ ਰਹੇ ਨਾ ਕਿ ਮਾਂ ਆ ਗੋਦ ਬੱਚੇ ਨੂੰ ਲੈ ਕੇ ਕਰਦੀ ਆ ਉਹ, ਹਨਾ, ਤੇ ਹੁਣ ਤਾਂ ਸੈਰੋਗੇਸੀ ਦਾ ਜਿਹੜਾ ਪ੍ਰਚਲਨ ਹੋ ਗਿਆ, ਉਹ ਵਿਚਾਰੀ ਆ ਉਹ ਕਿੱਦਾਂ ਕਰੂਗੀ। ਬਿਲਕੁਲ ਜੀ, ਮੈਂ ਉਹੀ ਕਿਹਾ ਨਾ ਕਿ ਪੱਛਮੀ ਚਲਨ ਦਾ ਜਾਂ ਲੋਕਾਂ ਨੇ, ਮਤਲਬ ਲੋਕ ਫਟਾਫਟ ਅੱਗੇ 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 ਲੰਘਣਾ ਹੈ, ਬੇਸ਼ੱਕ ਤੁਹਾਡੀ ਜੜ ਜਿੱਥੇ ਮਰਜ਼ੀ ਚਲ ਜੇ। ਬਿਲਕੁਲ ਫਿੱਕਾ ਨਹੀਂ ਹੋ ਗਿਆ ਜੀਵਨ, ਫਿੱਕਾ ਨਹੀਂ ਹੋ ਗਿਆ ਹੁਣ, ਬਿਲਕੁਲ ਨੀਰਸ ਫਿੱਕਾ। ਮੈਂ ਵੀ ਕਹਿੰਦੀ ਹੁੰਦੀ ਹਾਂ ਸਟੇਜ ਤੇ, ਮੈਂ ਤੁਹਾਨੂੰ ਇੱਕ ਗੱਲ ਹੀ ਦੱਸ ਦੇਣੀ ਆ ਨੀਰਸ ਫਿੱਕੇ ਤੋਂ ਹੀ, ਕਿ ਜੀ ਅਸੀਂ ਅਸੀਂ ਸ਼ੋਜ਼ ਕਰਦੇ ਆ ਲੇਡੀ ਸੰਗੀਤ, ਜੀ ਉਹਦੇ ਵਿੱਚ ਅਸੀਂ ਉਹ ਲੋਕਾਂ ਨੂੰ ਅਸੀਂ ਪੁਰਾਤਨ ਪੰਜਾਬ ਵੱਲ ਲੈ ਜਾਂਦੇ ਹਾਂ, ਜੋ ਪਿਛਲਾ ਹੁੰਦਾ ਸੀ, ਜੋ ਗਾਇਆ ਵਜਾਇਆ ਜਾਂਦਾ ਸੀ, ਜੋ ਸੁਹਾਗ ਘੋੜੀਆਂ ਜੋ ਵਟਣਾ ਹੁੰਦਾ ਸੀ, ਜੋ ਇਹ ਸਭ ਕੁਝ ਹੁੰਦਾ ਸੀ, ਪਿਛਲੇ ਟਾਈਮ ਵੱਲ ਅਸੀਂ ਲੈ ਜਾਂਦੇ ਹਾਂ ਲੋਕਾਂ ਨੂੰ। ਜੀ ਤੇ ਮੈਂ ਉਦੋਂ ਹੀ ਲੋਕਾਂ ਨੂੰ ਇਹ ਕਹਿੰਦੀ ਹੁੰਦੀ ਹਾਂ ਵੀ ਇਹ ਸਾਰੀਆਂ ਚੀਜ਼ਾਂ ਨਾ ਬੜੀਆਂ ਸਿਮਟ ਗਈਆਂ ਨੇ, ਜਾਂ ਤੇ ਖਤਮ ਹੋ ਗਈਆਂ ਨੇ ਤੇ ਜਾਂ ਸਿਮਟ ਗਈਆਂ ਨੇ ਇਹ ਚੀਜ਼ਾਂ, ਕਿਉਂਕਿ ਲੋਕਾਂ ਕੋਲ ਟਾਈਮ ਨਹੀਂ ਰਹਿ ਗਿਆ। ਹਾਂ ਜ਼ਿੰਦਗੀ ਬੜੀ ਤੇਜ਼ ਹੋ ਗਈ ਹੈ, ਬਹੁਤ ਤੇਜ਼, ਸਭ ਕੁਝ ਇੰਸਟੈਂਟ ਹੋ ਗਿਆ, ਜ਼ਿੰਦਗੀ ਇੰਨੀ ਤੇਜ਼ ਹੋ ਗਈ ਹੈ ਕਿ ਇਹ ਹੀ ਉਹ ਵਾਲਾ ਗੌਣ ਹੈ ਜਿਹੜਾ ਇੱਕ ਇੱਕ ਹਫਤਾ, ਦੋ ਦੋ ਹਫਤੇ ਜਨਾਨੀਆਂ ਵਿਹੜਾ ਪੜ ਸੁੱਟਦੀਆਂ ਸੀ, ਗਿੱਧੇ ਪੈਂਦੇ ਸੀ, ਸਰਸਰ ਰਾਤ ਠੂਆ ਹੀ ਮਾਰਦੀਆਂ ਰਹਿੰਦੀਆਂ ਸੀ, ਨੀ ਠੂਆ ਹੀ ਨਹੀਂ ਮਰਦਾ ਉਹਨਾਂ ਦਾ, ਇੱਕੋ ਹੀ ਬੋਲੀ ਸਾਰੀ ਰਾਤ ਚੱਲਦੀ ਰਹਿੰਦੀ ਸੀ, ਬਸ ਉਹੀ, ਹਾਂ ਉਹੀ ਚੀਜ਼ ਜਿਹੜੀ ਉਹ 1-1.5 ਘੰਟੇ ਦੀ ਰਹਿ ਗਈ ਹੈ। ਤੇ ਮੈਡਮ ਇਹਦੇ ਨਾਲ ਇੱਕ ਬਦਲਾਵ ਤੁਹਾਡੀ ਗੱਲ ਤੋਂ ਮੈਨੂੰ ਸਮਝ ਆ ਰਹੀ ਗੱਲ, ਜਦੋਂ ਇੱਕ ਹਫਤਾ ਪਹਿਲਾਂ ਨਾਨਕੇ ਵੀ ਮੈਂ ਸੁਣਿਆ, ਮੇਰੇ ਮੰਮਾ ਦੱਸਦੇ ਕਿ ਜਦੋਂ ਕਿਤੇ ਵਿਆਹ ਹੁੰਦਾ ਸੀ, ਜਿਹੜੇ ਉਸ ਵਿਆਹ ਵਾਲੀ ਦਾ ਨਾਨਕੇ ਹੁੰਦੇ ਸੀ, ਉਹਨਾਂ ਦੇ ਘਰ ਵੀ ਗਿੱਧਾ ਪੈਂਦਾ ਹੁੰਦਾ ਸੀ, ਪੈਂਦਾ ਸੀ ਜੀ, ਪੂਰਾ ਪੈਂਦਾ ਸੀ ਪੂਰਾ ਇੱਕ ਹਫਤਾ। ਤੇ ਉਹਦੇ ਵਿੱਚ ਜਦੋਂ ਜਿਹੜੀ ਲੜਕੀ ਦੀ ਮੈਰਿਜ ਹੁੰਦੀ ਸੀ, ਉਹਦਾ ਇੰਟਰਨਲ ਸੈਟਅਪ ਚੇਂਜ ਹੁੰਦਾ ਸੀ ਮਾਈਂਡ ਦਾ, ਹਾਂਜੀ ਉਹ ਸਭ ਕੁਝ ਸੁਣ ਕੇ ਉਹਨੂੰ ਅਹਿਸਾਸ ਹੁੰਦਾ ਸੀ ਕਿ ਮੈਂ ਇੱਕ ਜ਼ਿੰਮੇਵਾਰੀ ਵੱਲ ਨੂੰ ਜਾ ਰਹੀ ਹਾਂ, ਮੈਂ ਇੱਕ ਜ਼ਿੰਮੇਵਾਰੀ ਅਡਾਪਟ ਕਰਨੀ ਹੈ, ਮੈਂ ਇੱਜ਼ਤ ਰੱਖਣੀ ਹੈ ਦੋਨਾਂ ਘਰਾਂ ਦੀ। ਮੈਨੂੰ ਲੱਗਦਾ ਹੁਣ ਇੱਦਾਂ ਚੁਟਕੀ ਮਾਰ ਕੇ ਫਟਾਫਟ ਹੁੰਦਾ, ਉਦਾਂ ਹੀ ਉਹ ਫਟਾਫਟ ਤਲਾਕ ਹੁੰਦਾ ਫਿਰ ਜੀ। ਉਦੋਂ ਤੁਸੀਂ ਇਹ ਵੀ ਦੇਖੋ ਨਾ ਕਿ ਲੜਕੀ ਨੂੰ ਤੁਰਨ ਵੇਲੇ ਜੇ ਸੁਹਾਗ ਜਿਹੜੇ ਹੁੰਦੇ ਨੇ ਜੀ, ਉਹ ਉਹਦੇ ਵਿੱਚ ਕੀ ਹੈ, ਸਿੱਖਿਆਵਾਂ ਨੇ, ਤੇ ਲੜਕੀ ਨੂੰ ਸਿੱਖਿਆ ਵੀ ਸੁਣਾਈ ਜਾਂਦੀ ਸੀ। ਅੱਛਾ ਜੀ, ਸਿੱਖਿਆ ਵੀ ਸੁਣਾ ਕੇ ਤੋਰਿਆ ਜਾਂਦਾ ਸੀ, ਇਹ ਸਿੱਖਿਆ ਮੈਂ ਖੁਦ, ਮੇਰੇ ਮੰਮਾ ਵੀ ਪੜ੍ਹਦੇ ਹੁੰਦੇ ਸੀ ਸਿੱਖਿਆ, ਮੇਰੇ ਫਾਦਰ ਸਾਹਿਬ ਵੀ ਪੜ੍ਹਦੇ ਹੁੰਦੇ ਸੀ, ਤੇ ਲੜਕੀ ਨੂੰ ਦੋਲੀ ਵੇਲੇ ਇੱਕ ਸਿੱਖਿਆ ਬੋਲੀ ਜਾਂਦੀ ਸੀ, ਜਿਹਦੇ ਚ ਉਹਨੂੰ ਦੱਸਿਆ ਜਾਂਦਾ ਸੀ ਵੀ ਜੇ ਤੂੰ ਇਹ ਘਰ ਦੀ ਜ਼ਿੰਮੇਵਾਰੀ, ਮਤਲਬ ਇਹ ਘਰੋਂ ਤੂੰ ਦੂਸਰੇ ਘਰ ਜਾ ਰਹੀ ਹੈ, ਜ਼ਿੰਮੇਵਾਰ, ਤੇਰੀ ਜ਼ਿੰਮੇਵਾਰੀ ਤੇਰੇ ਮੋਢਿਆਂ ਤੇ ਹੈ, ਮਤਲਬ ਤੂੰ ਇਸ ਘਰ ਦੇ ਨਾਲ ਨਾਲ ਉਸ ਘਰ ਦਾ ਨਾਮ ਰੋਸ਼ਨ ਕਰਨਾ। ਬਹੁਤ ਵੱਡੀ ਇੱਕ ਸਿੱਖਿਆ ਹੁੰਦੀ ਸੀ, ਉਹ ਮੇਰੇ ਮਦਰ ਜੀ ਬੋਲਦੇ ਹੁੰਦੇ ਸੀ, ਮੇਰੇ ਫਾਦਰ ਸਾਹਿਬ ਵੀ ਬੋਲਦੇ ਹੁੰਦੇ ਸੀ। ਤੁਹਾਡੇ ਤੋਂ ਸੁਣਾਂਗੇ ਪਰ ਨਾਲੇ ਮੈਂ ਆਪਣੇ ਸਰੋਤਿਆਂ ਨੂੰ ਇਹ ਕਹਿੰਦੀ ਚੱਲਾਂ ਕਿ ਅੱਜ ਜੋ ਵੀ ਸਾਡੇ ਬਦਲਾਵ ਹੋ ਰਿਹਾ ਨਾ, ਉਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਆ। ਬਿਲਕੁਲ ਜ਼ਿੰਮੇਵਾਰ ਹਾਂ ਜੀ, ਬਿਲਕੁਲ, ਅਸੀਂ ਉਸ ਚੀਜ਼ ਨੂੰ ਅਪੋਜ਼ ਕਰਨ ਦੀ ਜਗ੍ਹਾ ਉਹਨੂੰ ਅਡੈਪਟ ਕਰ ਲਿਆ। ਬਿਲਕੁਲ ਜੀ ਬਿਲਕੁਲ, ਕਹਿੰਦੇ ਨਾ ਹੁਣ ਬੜੇ ਤਲਾਕ ਹੋ ਰਹੇ ਨੇ, ਫਟਾਫਟ ਇੰਸਟੈਂਟ ਜੀ, ਫਾਹਾ ਨਵੇੜੋ, ਹਰ ਗੱਲ ਚ ਕਹਿੰਦੇ ਫਾਹਾ ਨਵੇੜੋ,
ਫਨ ਬੇੜੋ ਹਾਂਜੀ ਬਿਲਕੁਲ ਸ਼ਾਰਟ ਵੀਡੀਓ ਬਣਾਓ ਇੰਨੀ ਛੋਟੀ ਗੱਲ ਕਰੋ ਜਦੋਂ ਤੁਸੀਂ ਇੰਨਾ ਕਿਸੇ ਚੀਜ਼ ਨੂੰ ਕੰਪੈਕਟ ਕਰੋਗੇ ਛੋਟਾ ਕਰੋਗੇ ਤਾਂ ਉਹਦਾ ਆਨੰਦ ਤਾਂ ਖਤਮ ਹੋ ਗਿਆ ਆਪਾਂ ਹਵਾਈ ਯਾਤਰਾ ਕਰਦੇ ਹਾਂ ਤੇ ਜਿਹੜੀ ਆਪਾਂ ਟ੍ਰੇਨ ਤੇ ਸਫ਼ਰ ਕਰਦੇ ਹਾਂ ਔਰ ਹਵਾਈ ਯਾਤਰਾ ਦੋਨਾਂ ਦਾ ਫਰਕ ਹੈ ਨਾ ਫਰਕ ਹੈ ਬਹੁਤ ਫਰਕ ਹੈ ਜੀ ਮਤਲਬ ਜੀਵਨ ਯਾਤਰਾ ਫਿੱਕੀ ਹੋ ਗਈ ਬਿਲਕੁਲ ਫਿੱਕੀ ਹੋ ਗਈ ਰਿਸ਼ਤੇ ਫਿੱਕੇ ਹੋ ਗਏ ਨੇ ਕਿਉਂਕਿ ਸਿਮਟ ਗਏ ਨੇ ਪਰਿਵਾਰ ਪਹਿਲਾਂ ਬਹੁਤ ਬਹੁਤ ਵੱਡੇ ਹੁੰਦੇ ਸੀ ਜੀ ਚਾਚੇ ਤਾਏ ਸਭ ਇਕੱਠੇ ਰਹਿੰਦੇ ਸੀ ਹੁਣ ਕਿੱਥੇ ਗਏ ਸੀ ਹੁਣ ਪਰਿਵਾਰ ਹੀ ਨਹੀਂ ਰਹੇ ਇੱਕ ਇੱਕ ਬੱਚਾ ਇੱਕ ਘਰ ਚ ਹੈ ਚਲੋ ਇਹ ਚੀਜ਼ ਹੋਣੀ ਚਾਹੀਦੀ ਹੈ ਪਰ ਜਿੱਥੇ ਵੀ ਰਹੋ ਮੋਹ ਤੇ ਨਹੀਂ ਟੁੱਟਣਾ ਚਾਹੀਦਾ ਨਹੀਂ ਉਹ ਟੁੱਟ ਰਿਹਾ ਪਰ ਅਸੀਂ ਚਾਹੁੰਦੇ ਕਿ ਦੁਬਾਰਾ ਤੋਂ ਮੁੜ ਇਹ ਦੁਬਾਰਾ ਤੋਂ ਹਾਂ ਇਹ ਚੀਜ਼ਾਂ ਰਿਵਾਈਵ ਹੋਣੀਆਂ ਚਾਹੀਦੀਆਂ ਨੇ ਇਹ ਹੋਣਗੀਆਂ ਜ਼ਰੂਰ ਹੋਣਗੀਆਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹਾਂਗੇ ਅਸੀਂ ਸਿੱਖਿਆ ਜ਼ਰੂਰ ਸੁਣਾਂਗੇ ਤੁਹਾਡੇ ਮਾਧਿਅਮ ਰਾਹੀਂ ਤਾਂ ਕਿ ਸਾਡੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਕਿ ਕਿੰਨਾ ਅਮੀਰ ਵਿਰਸਾ ਹੈ ਸਾਡੇ ਕੋਲ ਹਾਂਜੀ ਹਾਂਜੀ ਜੀ ਮੈਨੂੰ ਮੈਮ ਉਹ ਸਿਰਫ ਮੈਨੂੰ ਸਿੱਖਿਆ ਤੇ ਨਹੀਂ ਯਾਦ ਨਹੀਂ ਹੈ ਕਿਉਂਕਿ ਮੈਂ ਛੋਟੀ ਸੀ ਜਦੋਂ ਮਮਾ ਗਾਉਂਦੇ ਹੁੰਦੇ ਸੀ ਅੱਛਾ ਜੀ ਮੈਂ ਜ਼ਰੂਰ ਇਹਨੂੰ ਬਾਅਦ ਵਿੱਚ ਲੱਭ ਕੇ ਮਮਾ ਦੇ ਮਤਲਬ ਡਾਇਰੀਜ਼ ਮੇਰੇ ਕੋਲ ਕਾਫੀ ਪਈਆਂ ਹੋਈਆਂ ਨੇ ਜੀ ਪੁਰਾਤਨ ਜਿਹੜੀਆਂ ਉਹਨਾਂ ਨੇ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਮੈਂ ਜ਼ਰੂਰ ਉਹਨੂੰ ਰਿਕਾਰਡ ਕਰਕੇ ਤੇ ਮੈਂ ਦਰਸ਼ਕਾਂ ਦੇ ਸਨਮੁਖ ਰੱਖਾਂਗੀ ਅੱਛਾ ਮੈਡਮ ਸੁਹਾਗ ਕੋਈ ਸੁਹਾਗ ਤਾਂ ਯਾਦ ਹੋਏ ਹਾਂਜੀ ਸੁਹਾਗ ਜੀ ਮਮਾ ਨੇ ਬੜੇ ਬਹੁਤ ਸੁਹਾਗ ਤੇ ਬਹੁਤ ਗਾਏ ਨੇ ਜਿਨ੍ਹਾਂ ਵਿੱਚੋਂ ਮੇਰੇ ਪਸੰਦੀਦਾ ਸੁਹਾਗ ਨੇ ਉਹ ਵੀ ਦੇਖੋ ਹੁਣ ਰਿਸ਼ਤਿਆਂ ਦੀ ਗੱਲ ਹੋਈ ਹੈ ਜੀ ਬੀਬੀ ਚੰਨਣ ਦੇ ਓਹਲੇ ਓਹਲੇ ਕਿਉਂ ਖੜੀ ਨੀ ਮੈਂ ਖੜੀ ਸਾਂ ਬਾਬਲ ਦੇ ਪਾਸ ਹਾਂਜੀ ਨੀ ਮੈਂ ਖੜੀ ਸਾਂ ਚਾਚਾ ਜੀ ਦੇ ਪਾਸ ਨੀ ਮੈਂ ਖੜੀ ਸਾਂ ਮਾਮਾ ਜੀ ਦੇ ਹੁਣ ਦੇਖੋ ਸਾਰੇ ਰਿਸ਼ਤੇ ਇਕੱਠੇ ਹੋ ਗਏ ਨਾ ਹਾਂਜੀ ਕਿਉਂਕਿ ਉਹ ਸਾਰੇ ਉਦੋਂ ਇੱਕ ਧਾਗੇ ਚ ਪਰੋਏ ਹੁੰਦੇ ਰਿਸ਼ਤੇ ਹੁੰਦੇ ਸੀ ਪਰ ਨਹੀਂ ਮੇਰੇ ਪਰਿਵਾਰ ਚ ਐਸਾ ਨੀ ਜੀ ਮੇਰੇ ਬੱਚੇ ਮੈਨੂੰ ਮਾਸੀ ਕਹਿੰਦੇ ਨੇ ਮੈਂ ਜਿੰਨਾ ਦੀ ਭੂਆ ਮੈਨੂੰ ਭੂਆ ਹੀ ਕਹਿੰਦੇ ਨੇ ਮਤਲਬ ਅਸੀਂ ਰਿਸ਼ਤੇ ਨਾਲ ਹੀ ਬੁਲਾਉਂਦੇ ਹਾਂ ਮੈਂ ਪ੍ਰੈਫਰ ਕਰਦੀ ਹਾਂ ਆਪਣੇ ਘਰ ਵਿੱਚ ਰਿਸ਼ਤਿਆਂ ਦੇ ਨਾਲ ਸਾਨੂੰ ਇਹ ਪਤਾ ਹੁੰਦਾ ਸਾਡੀ ਮਰਿਆਦਾ ਕਿੰਨੀ ਹੈ ਸਾਡੀ ਸੀਮਾ ਕੀ ਹੈ ਸਾਡੀ ਸੀਮਾ ਹੱਦ ਬੱਝੀ ਰਹਿੰਦੀ ਹੈ ਇੱਕ ਜੀ 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 ਉਹ ਜਦੋਂ ਆਂਟੀ ਅੰਕਲ ਹੋ ਗਏ ਜਾਂ ਜਦੋਂ ਫਰੈਂਡ ਇੱਕ ਲਫ਼ਜ਼ ਹੋਰ ਆ ਗਿਆ ਸੁਸਾਇਟੀ ਦੇ ਵਿੱਚ ਗਰਲਫ੍ਰੈਂਡ ਫਰੈਂਡ ਗਰਲਫ੍ਰੈਂਡ ਆ ਠੀਕ ਹੈ ਗਰਲਫ੍ਰੈਂਡ ਮਤਲਬ ਕੁਛ ਵੀ ਆਪ ਤੁਸੀਂ ਲਾ ਸਕਦੇ ਆ ਬਿਲਕੁਲ ਜੀ ਨਹੀਂ ਇਹ ਗਰਲਫ੍ਰੈਂਡ ਬੁਆਏਫ੍ਰੈਂਡ ਇਹ ਸਾਰੇ ਸਿਸਟਮ ਬਹੁਤ ਨਿਗਾਹ ਬਹੁਤ ਮਤਲਬ ਬਹੁਤ ਡਾਊਨ ਆ ਗਿਆ ਸਾਡਾ ਸੁਸਾਇਟੀ ਦਾ ਜਿਹੜਾ ਸਾਡਾ ਮੈਂ ਤੁਹਾਨੂੰ ਕਹਿਣਾ ਸਾਡਾ ਆਚਾਰ ਵਿਹਾਰ ਸੱਭਿਆਚਾਰ ਜੀ ਤੇ ਇਹ ਬੜੀ ਚਿੰਤਾ ਦਾ ਵਿਸ਼ੇ ਹੈ ਇਹਦੇ ਤੇ ਚਿੰਤਾ ਕਰਨੀ ਬਣਦੀ ਹੈ ਚਿੰਤਾ ਦਾ ਵਿਸ਼ੇ ਹੈ ਤੇ ਇਹਦੇ ਤੇ ਮੈਨੂੰ ਚਾਹੀਦਾ ਕਿ ਜਿਹੜੀਆਂ ਮਾਨਣੀ ਹਸਤੀਆਂ ਨੇ ਸਾਡੀਆਂ ਸਮਾਜ ਦੀਆਂ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਬਿਲਕੁਲ ਪਰ ਉਹਨਾਂ ਵਿਚਾਰਿਆਂ ਕੋਲ ਸਮਾਂ ਨਹੀਂ ਨਾ ਹੈਗਾ ਬਿਲਕੁਲ ਉਹਨਾਂ ਕੋਲ ਟਾਈਮ ਨਹੀਂ ਹੈ ਉਹ ਬਹੁਤ ਵਿਅਸਤ ਨੇ ਕਿਉਂਕਿ ਜਦੋਂ ਸਾਡੇ ਅੰਦਰ ਗਹਿਰਾਈ ਨਹੀਂ ਨਾ ਅਸੀਂ ਕਿਸੇ ਨੂੰ ਗਹਿਰਾਈ ਚ ਨਾਪ ਨਹੀਂ ਸਕਦੇ ਜੀ 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 ਅਸੀਂ ਆਪ ਮਿੱਠਾ ਖਾਣਾ ਛੱਡਾਂਗੇ ਤਾਂ ਦੂਜੇ ਨੂੰ ਕਵਾਂਗੇ ਭਾਈ ਤੂੰ ਛੱਡ ਦੇ ਬਿਲਕੁਲ ਅਸੀਂ ਤਾਂ ਆਪ ਹੀ ਸਾਰੇ ਅਸੀਂ ਚੱਕਰ ਦੇ ਵਿੱਚ ਫਸੇ ਹੋਏ ਆ ਤੁਹਾਡੇ ਤੋਂ ਸੁਹਾਗ ਵੀ ਸੁਣਾਂਗੇ ਫਿਰ ਉਹ ਵੀ ਅਲਗੋਜ਼ਾ ਔਰ ਚਮਟੇ ਬਾਰੇ ਵੀ ਮੈਂ ਜ਼ਰੂਰ ਪੁੱਛਾਂਗੀ ਤੁਹਾਨੂੰ ਜੀ ਜੀ ਮੈਂ ਜੀ ਮੈਂ ਮਮਾ ਦੇ ਨਾਲ ਇੱਕ ਸੁਹਾਗ ਗਾਇਆ ਸੀ ਮੈਂ ਪਹਿਲਾਂ ਉਹਦਾ ਮਤਲਬ ਸਮਝਿਆ ਸੀ ਜੀ ਅਸੀਂ ਜਿਹੜਾ ਵੀ ਮੰਮੀ ਕੋ ਗਾਉਂਦੇ ਸੀ ਨਾ ਪਹਿਲੇ ਉਹਦੇ ਜਿਹੜੇ ਤਲਫ਼ੁਜ਼ ਹੁੰਦੇ ਨੇ ਨਾ ਪ੍ਰੋਨਾਂਸੀਏਸ਼ਨ ਅਸੀਂ ਉਹਦੇ ਪਹਿਲਾਂ ਮਤਲਬ ਸਮਝਦੇ ਸੀ ਮਮਾ ਇਹਦਾ ਮਤਲਬ ਕੀ ਹੈ ਜੀ ਫਿਰ ਮਮਾ ਸਾਨੂੰ ਸਮਝਾਉਂਦੇ ਸੀ ਫਿਰ ਸਾਨੂੰ ਗਾਉਣ ਦਾ ਹੋਰ ਮਜ਼ਾ ਆਉਂਦਾ ਸੀ ਤੇ ਮੈਂ ਤੁਹਾਨੂੰ ਉਹੀ ਸਵਾਲ ਸੁਣਾ ਰਹੀ ਹਾਂ ਜਿਹਦਾ ਮੈਂ ਮਤਲਬ ਸਮਝਿਆ ਸੀ ਮਮਾ ਕੋਲੋਂ ਉੱਚੀ ਤੇ ਮਾੜੀ ਬਾਬਲ ਸੁਤੋੜਿਆ ਤੈਨੂੰ ਸੁੱਤੇ ਨੂੰ ਰਹੀ ਵੇ ਜਗਾ ਐਡੀ ਤੇ ਨੀਂਦਰ ਬਾਬਲ ਨਾ ਕਰੋ ਕਰ ਧੀ ਹੋਈ ਮੁਟਿਆ ਤੂੰ ਲੈਣ ਦੇ ਨੀ ਜਾਈਏ ਮਝੋੜੀਆਂ ਮੇਰਾ ਪੱਕਣ ਦੇ ਨੀ ਕਮਾਦ ਦਾਜ ਬਣਾਵੇ ਤੇਰੀ ਮਾਤਾ ਰਾਣੀ ਤੇਰਾ ਅਸੂ ਦਾ ਕਾਜ ਰਚਾ ਬਾਰਾਂ ਤੇ ਬਰਸੀ ਵੇ ਬਾਬਲ ਕਿਉਂ ਰਹੀ ਜਿਵੇਂ ਮੱਖਣ ਦੇ ਵਿੱਚ ਵਾਲ ਹੁਣ ਨਾ ਰਹਿੰਦੀ ਵੇ ਬਾਬਲ ਇੱਕ ਘੜੀ ਮੇਰਾ ਅੰਨ ਜਲ ਹੋਇਆ ਇਤਿਆ ਕਿਆ ਬਾਤ ਹੈ ਜੀ ਬਹੁਤ ਅੱਛੇ ਵਾਕਈ ਮੈਡਮ ਵੈਸੇ ਇਹ ਚਾਹੀਦਾ ਹੈ ਕਿ ਜਿੰਨੇ ਵੀ ਸਾਡੇ ਅਗਲੇ ਸਟੂਡੈਂਟ ਆ ਪਹਿਲਾਂ ਤਾਂ ਮੈਂ ਹੋਰ ਵੀ ਸਾਰੇ ਪ੍ਰੋਗਰਾਮਾਂ ਚ ਕਹਿੰਦੀ ਰਹਿੰਦੀ ਕਿ ਪ੍ਰਵਾਸ ਬਹੁਤ ਜ਼ਿਆਦਾ ਹੋ ਰਿਹਾ ਪੰਜਾਬ ਦੇ ਵਿੱਚ
ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਤਿਆਰ ਨਹੀਂ ਕਰ ਪਾ ਰਹੇ। ਮੈਨੂੰ ਲੱਗਦਾ ਬਿਲਕੁਲ ਜੀ, ਯੂਨੀਵਰਸਿਟੀ ਦੇ ਵਿੱਚ ਇਹ ਕੰਪਲਸਰੀ ਕਰ ਦੇਣਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ ਜੀ, ਸਬਜੈਕਟ ਕੰਪਲਸਰੀ ਕਰਨਾ ਚਾਹੀਦਾ ਹੈ ਪੰਜਾਬੀ ਆਚਾਰ ਵਿਹਾਰ ਤੇ। ਜੇ ਜੀ ਚੇਅਰ ਇੱਕ ਸਥਾਪਿਤ ਹੋਣੀ ਚਾਹੀਦੀ ਹੈ ਯੂਨੀਵਰਸਿਟੀ ਦੇ ਵਿੱਚ, ਇਹਦੇ ਤੇ ਗੋਸ਼ਟੀਆਂ ਹੋਣੀਆਂ ਚਾਹੀਦੀਆਂ ਨੇ ਤੇ ਸੈਮੀਨਾਰ ਹੋਣੇ ਚਾਹੀਦੇ ਨੇ। ਤੁਸੀਂ ਕਿਸੇ ਦੀ ਹੋਂਦ ਨੂੰ ਅਗਰ ਖਤਮ ਕਰਨਾ ਚਾਹੁੰਦੇ ਹੋ, ਕਿਸੇ ਕੌਮ ਦੀ ਹੋਂਦ ਨੂੰ, ਜੀ ਉਹਨੂੰ ਉਹਦੇ ਸੱਭਿਆਚਾਰ ਤੋਂ ਅਲੱਗ ਕਰ ਦਿਓ, ਬਿਲਕੁਲ ਉਹ ਹੋਂਦ ਖੁਦ ਬ ਖੁਦ ਖਤਮ ਹੋ ਜਾਏਗੀ। ਤੇ ਇਹ ਕਿੰਨਾ ਖੁਸ਼ ਹੋ ਕੇ ਪਾਉਂਦੇ ਨੇ ਜਦੋਂ ਕੋਈ ਅੰਗਰੇਜ਼ ਜਿਹੜਾ ਆ ਸਾਡੇ ਜੀ ਸੱਭਿਆਚਾਰ ਨੂੰ ਬਣਾਉਂਦਾ, ਕੋਈ ਕਿਤੇ ਕਰੋੜਾਂ ਚੋਂ ਇੱਕ ਬਣਾ ਲੈਂਦਾ ਤਾਂ ਖੁਸ਼ ਹੁੰਦੇ ਆ, ਤੇ ਤੁਸੀਂ ਖੁਸ਼ ਇੰਨੇ ਹੁੰਦੇ ਜਾਣੇ ਉਹਨਾਂ ਦਾ ਬਣਾਈ ਜਾਂਦੇ ਆ ਆਪ ਹੀ। ਜੀ, ਮਤਲਬ ਇਹ ਚੀਜ਼ਾਂ ਆਪਣੇ ਆਪ ਨੂੰ ਅਸੀਂ ਸ਼ੀਸ਼ੇ 'ਚ ਖੜਾ ਕਰਕੇ ਦੇਖੀਏ ਕਿ ਅਸੀਂ ਕਰ ਕੀ ਰਹੇ ਆ। ਬਿਲਕੁਲ ਮੈਮ, ਬਹੁਤ ਜ਼ਿਆਦਾ ਹਾਂ, ਮੈਂ ਤੁਹਾਨੂੰ ਸੈਲਫ ਪਹਿਲਾਂ ਹੀ ਕਹਿ ਐਨਾਲਿਸਿਸ, ਚੁੱਕਿਆ ਕਿ ਇੱਕ ਤੇ ਸੈਲਫ ਐਨਾਲਿਸਿਸ ਹੈ, ਇੱਕ ਹੈ ਚਿੰਤਾ ਦਾ ਵਿਸ਼ੇ ਹੈ। ਚਿੰਤਾ ਕਿਸੇ ਨਾ ਕਿਸੇ ਨੂੰ, ਹੁਣ ਗੁਰਮੀਤ ਬਾਵਾ ਜੀ ਜਾਂਦੇ ਹੋਏ, ਇਹ ਜਿਹੜੀ ਸਾਡੀ ਜ਼ਿੰਮੇਵਾਰੀ ਹੈ, ਮੇਰੇ ਤੇ ਲਾਚੀ ਤੇ ਸੀ ਪਹਿਲਾਂ, ਜੀ ਹੁਣ ਲਾਚੀ ਵੀ ਚਲੀ ਗਈ, ਮੰਮਾ ਵੀ ਚਲੇ ਗਏ, ਪਰ ਮੈਂ ਸਟਿਲ, ਤੇ ਜਦੋਂ ਹੁਣ ਮੈਂ ਸ਼ੋਜ਼ ਕਰ ਰਹੀ ਹਾਂ, ਅਸੀਂ ਘਰ ਘਰ ਜਾ ਕੇ ਸ਼ੋਜ਼ ਕਰਦੇ ਹਾਂ, ਜਿਹੜੇ ਜਿਹੜੇ ਸਾਡੇ ਪ੍ਰੋਗਰਾਮਸ ਬੁੱਕ ਹੁੰਦੇ ਨੇ ਜਾਂ ਕਿਤੇ ਵੀ ਮੇਲੇ ਹੁੰਦੇ ਨੇ, ਜੀ ਅਸੀਂ ਇੱਕੋ ਹੀ ਗੱਲ ਕਰਦੇ ਹਾਂ ਵੀ ਆਪਣੀ ਵਿਰਸੇ ਨੂੰ ਬਚਾਓ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ, ਆਪਣਾ ਸਮਾਜਿਕ ਤੌਰ ਤਰੀਕੇ ਠੀਕ ਕਰੋ, ਆਪਣਾ ਆਚਾਰ ਵਿਹਾਰ ਠੀਕ ਕਰੋ, ਆਪਣਾ ਇੱਕ ਸ਼ੇਅਰ ਇਹਦੇ ਵਾਸਤੇ ਮੈਡਮ ਬੜਾ ਤਗੜਾ, ਮੰਮੀ ਕਹਿੰਦੇ ਹੁੰਦੇ ਸੀ ਜੀ, ਕਿ ਆਪਣੀ ਮਿੱਟੀ ਤੇ ਚੱਲਣ ਦਾ ਸਲੀਕਾ ਸਿੱਖੋ ਪਹਿਲਾਂ। ਕਿਆ ਬਾਤ ਹੈ, ਆਪਣੀ ਮਿੱਟੀ ਤੇ ਚੱਲਣ ਦਾ ਸਲੀਕਾ ਸਿੱਖੋ, ਸੰਗ ਮਰਮਰ ਤੇ ਤੁਰੋਗੇ ਤੇ ਤਿਲਕ ਜਾਓਗੇ। ਕਿਆ ਬਾਤ ਹੈ, ਬਹੁਤ ਅੱਛੀ ਬਾਤ ਹੈ, ਇਹ ਹੈ ਵੀ ਪ੍ਰੈਕਟੀਕਲ ਹੈ ਵੀ ਇਸੇ ਤਰ੍ਹਾਂ। ਸੰਗਮਰਮਰ ਤੇ ਅਕਸਰ ਬਜ਼ੁਰਗਾਂ ਦੇ ਲੱਕ ਟੁੱਟ ਜਾਂਦੇ ਨੇ, ਹਾਂਜੀ ਬਿਲਕੁਲ, ਤੇ ਕਿਉਂਕਿ ਅਸੀਂ ਸਿੱਧੀ ਗੱਲ ਇਹ ਹੈ ਕਿ ਸ਼ਾਨੋ ਸ਼ੌਕਤ ਸਟੇਟਸ ਜੀ, ਸਿੰਬਲ ਚ ਜਿੱਦਣ ਦੇ ਅਸੀਂ ਪਏ, ਜਿੱਦਣ ਦੇ ਅਸੀਂ ਮਟੀਰੀਅਲਿਸਟਿਕ ਵਰਲਡ ਨੂੰ ਵੈਲਕਮ ਕਿਹਾ, ਉਦੋਂ ਦੇ ਸਾਡੇ ਕੈਂਸਰ, ਸਾਡੀਆਂ ਹਾਰਟ ਦੀਆਂ ਬਿਮਾਰੀਆਂ, ਡਿਪਰੈਸ਼ਨ, ਸਭ ਕੁਝ ਵਧਿਆ। ਜੀ ਜੀ ਜੀ, ਇਹ ਪਤਾ ਨਹੀਂ ਇਹ ਕਿਹੜਾ ਹੰਕਾਰ ਹੈ ਜਿਹੜਾ ਅਸੀਂ ਚੱਕੀ ਫਿਰਦੇ ਹਾਂ। ਅੱਛਾ ਮੈਡਮ, ਇੱਕ ਅਲਗੋਜ਼ੇ ਤੇ ਇੱਕ ਚਮਟਾ, ਹਾਂਜੀ ਹਾਂਜੀ, ਉਹਦੇ ਨਾਲ ਤੁਹਾਡੇ ਮਾਤਾ ਜੀ ਆਇਆ ਕਰਦੇ ਸਨ, ਬੜੇ ਅੱਛੇ ਲੱਗਦੇ ਸਨ, ਉਹਦੇ ਉਸ ਇੰਸਟਰੂਮੈਂਟ ਬਾਰੇ ਅਸੀਂ ਜ਼ਰੂਰ ਜਾਣਨਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਸਰੋਤੇ ਨੇ, ਯੂਥ ਵੀ ਨੇ, ਐਨਆਰਆਈਜ਼ ਵੀ ਨੇ, ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਇੰਸਟਰੂਮੈਂਟਸ ਕੀ ਨੇ। ਇਹ ਅਲਗੋਜ਼ਾ ਹੈ ਜੀ, ਅਲਗੋਜ਼ਾ ਹੁੰਦਾ ਹੈ ਜਿਹਨੂੰ ਅਸੀਂ ਮੱਟੀਆਂ ਕਹਿੰਦੇ ਹਾਂ, ਅਸੀਂ ਆਪਣੇ ਲੈਂਗੁਏਜ ਵਿੱਚ ਇਹਨੂੰ ਮੱਟੀਆਂ ਕਹਿੰਦੇ ਹਾਂ। ਸਿੰਗਲ ਨੂੰ ਬਾਂਸੁਰੀ ਕਿਹਾ ਜਾਂਦਾ ਹੈ, ਜੀ ਉਹਨੂੰ ਡਬਲ ਕਰਕੇ ਵਜਾਓ ਤੇ ਸਿੱਧਾ ਕਰਕੇ, ਸਾਈਡ ਤੇ ਨਹੀਂ, ਬਾਂਸੁਰੀ ਨੂੰ ਅਸੀਂ ਸਾਈਡ ਤੇ ਰੱਖ ਕੇ, ਮੂੰਹ ਦੇ ਸਾਈਡ ਤੇ ਰੱਖ ਕੇ ਵਜਾਉਂਦੇ ਹਾਂ, ਉਹਨਾਂ ਨੂੰ ਸਿੱਧਾ ਰੱਖ ਕੇ ਵਜਾਇਆ ਜਾਂਦਾ ਹੈ ਤੇ ਉਹਨੂੰ ਨੋਨ ਸਟੋਪ ਵਜਾਇਆ ਜਾਂਦਾ, ਲਾਈਕ ਗਲੇ ਚ ਸਾਹ ਭਰ ਕੇ ਨੱਕ ਚੋਂ ਕੱਢ ਕੇ ਉਹਨੂੰ ਲਗਾਤਾਰ ਵਜਾਇਆ ਜਾਂਦਾ। ਇਹਦੇ ਵੀ ਇਹਦੇ ਚ ਬੜੀ ਜਿਵੇਂ ਬੀਨ ਵਜਾਉਂਦੇ ਨੇ ਨਾ ਲਗਾਤਾਰ, ਇਹ ਅਲਗੋਜ਼ਾ ਮੱਟੀਆਂ ਵੀ ਇਸ ਤਰ੍ਹਾਂ ਹੀ ਵਜਾਏ ਜਾਂਦੇ ਨੇ। ਮਤਲਬ ਔਖਾ ਹੈ ਵਜਾਣਾ ਫਿਰ ਇਸ ਤਰ੍ਹਾਂ? ਔਖਾ ਜੀ, ਬਹੁਤ ਇਹਦੀ ਪ੍ਰੈਕਟਿਸ ਕਰਨੀ ਪੈਂਦੀ ਹੈ, ਔਖਾ ਵੀ ਹੈ। ਤੇ ਇਹਦੇ ਨਾਲ ਗੁਰਮੀਤ ਬਾਵਾ ਜੀ ਨੇ ਗਾਣਾ ਸ਼ੁਰੂ ਕੀਤਾ ਸੀ ਸਟਾਰਟਿੰਗ ਦੇ ਵਿੱਚ, ਇਹਦੇ ਨਾਲ ਹੀ ਇਹਨਾਂ ਨੇ ਸਾਜ਼ਾਂ ਦੀ ਵੀ, ਲੋਕ ਗੀਤਾਂ ਦੇ ਨਾਲ ਨਾਲ ਲੋਕ ਸਾਜ਼ਾਂ ਨੂੰ ਵੀ ਤਾਂ ਚੁੱਕਣ ਦੀ, ਮੰਮਾ ਨੇ ਬੀੜਾ ਚੱਕਿਆ ਸੀ ਤੇ ਅਲਗੋਜ਼ਿਆਂ ਨਾਲ, ਤੇ ਚਮਟਾ ਤੇ ਸਾਡਾ ਬਹੁਤ ਪੁਰਾਣਾ ਸਾਜ਼ ਹੈ ਕਿਉਂਕਿ ਇਹ ਭਗਤੀ ਸੰਗੀਤ ਦੇ ਨਾਲ ਜੁੜਿਆ ਹੋਇਆ। ਤੁਸੀਂ ਅਕਸਰ ਦੇਖਿਆ ਹੋਏਗਾ ਕਿ ਮੰਦਰਾਂ ਚ, ਗੁਰਦੁਆਰਿਆਂ ਚ ਚਮਟੇ ਨਾਲ ਕੀਰਤਨ ਕਰਿਆ ਜਾਂਦਾ ਹੈ, ਤੇ ਇਹ ਸਾਡਾ ਲੋਕ ਸਾਜ਼ ਹੈ ਤੇ ਗੁਰਮੀਤ ਬਾਵਾ ਜੀ ਨੇ ਇਹਨੂੰ ਵੀ ਚੁਣਿਆ ਤੇ ਇੱਕ ਅਲਗੋਜ਼ੇ ਦੇ ਨਾਲ ਗਾਣਾ ਸ਼ੁਰੂ ਕੀਤਾ। ਅਲਗੋਜ਼ਿਆਂ ਦੇ ਨਾਲ ਇਹਨਾਂ ਨੂੰ ਇੱਕ ਸੁਰ ਮਿਲਦਾ ਰਿਹਾ ਸੀ ਮੰਮਾ ਨੂੰ। ਅੱਛਾ ਜੀ, ਇਹ ਤਿੰਨ ਤਿੰਨ ਸੁਰ ਨਿਕਲਦੇ ਨੇ ਵਿੱਚੋਂ, ਖਾਸ ਕਰਕੇ ਉਹਨਾਂ ਤਿੰਨਾਂ ਸੁਰਾਂ ਦੇ ਉੱਤੇ ਹੀ ਮੰਮਾ ਆਪਣੇ ਸੌਂਗ ਗਾਉਂਦੇ ਹੁੰਦੇ ਸੀ। ਅਲਗੋਜ਼ੇ ਤੇ ਗਾਣ ਵਾਲਾ ਬੰਦਾ ਕਦੀ ਬੇਸੁਰਾ ਨਹੀਂ ਹੁੰਦਾ। ਹਾਂ, ਇਹ ਗੱਲ ਤਾਂ ਪੱਕੀ ਹੈ ਜੀ, ਜਿਵੇਂ ਤੁਸੀਂ ਤਾਨਪੁਰੇ ਤੇ ਅਗਰ ਰਿਆਜ਼ ਕਰਦੇ ਹੋ ਤੇ ਤਾਨਪੁਰੇ ਤੇ ਤੁਹਾਡਾ ਰਿਆਜ਼ ਪੱਕਾ ਹੁੰਦਾ ਤੇ ਤੁਸੀਂ ਕਦੀ ਬੇਸੁਰੇ ਨਹੀਂ ਹੁੰਦੇ ਹੋ, ਇਸ ਤਰ੍ਹਾਂ ਹੀ ਪੰਜਾਬੀ ਸਾਜ਼ਾਂ ਦੇ ਵਿੱਚ ਅਲਗੋਜ਼ਾ ਹੈ। ਅਲਗੋਜ਼ੇ ਤੇ ਗਾਣ ਵਾਲਾ ਬੰਦਾ ਦਾ ਸੁਰ ਕਦੀ ਹਿਲਦਾ ਨਹੀਂ ਹੈ। ਕਿਆ ਬਾਤ ਹੈ ਜੀ, ਬਹੁਤ। ਹਾਂਜੀ, ਅੱਛਾ ਮੈਡਮ, ਇਹ ਜਿੱਦਾਂ ਗੁਰਮੀਤ ਬਾਵਾ ਜੀ ਬੜੀ ਲੰਬੀ ਹੇਕ ਲਗਾਉਂਦੇ ਸਨ, 40 ਸੈਕਿੰਡ ਤੱਕ ਕਰਦੇ ਸਨ, ਹਾਂਜੀ ਉਹਨਾਂ ਲਈ ਕੋਈ ਖਾਸ ਕੋਈ ਯੋਗ ਵਿਧੀ ਦਾ ਪ੍ਰਯੋਗ ਕਰਦੇ ਸਨ, ਕੋਈ ਇੱਦਾਂ ਦੀ ਐਕਸਰਸਾਈਜ਼ ਕਰਦੇ ਸਨ, ਕੀ ਕਰਦੇ ਸਨ? ਹਾਂਜੀ ਮੰਮਾ, ਐਕਚੁਅਲੀ ਅਨੁਲੋਮ ਵਿਲੋਮ ਸ਼ੁਰੂ ਤੋਂ ਯੋਗਾ ਕਰਦੇ ਸਨ। ਅੱਛਾ ਜੀ, ਹਾਂਜੀ ਅਨੁਲੋਮ ਵਿਲੋਮ ਕਰਦੇ ਸਨ, ਯੋਗਾ ਦੇ ਥੋੜੇ ਯੋਗ ਵਗੈਰਾ ਥੋੜਾ ਹੋਰ ਕਰਦੇ ਸਨ, ਤੇ ਬਾਕੀ ਉਹਨਾਂ ਦਾ ਖਾਣ ਪੀਣ ਦਾ ਸੀ ਬਹੁਤ ਸਾਦਾ ਜੀਵਨ ਸੀ ਉਹਨਾਂ ਦਾ, ਦਾਲ ਫੁਲਕਾ ਖਾਣ ਚ ਵਿਸ਼ਵਾਸ ਰੱਖਦੇ ਸਨ, ਤੇ ਬਹੁਤ ਸਾਦਾ ਜੀਵਨ ਸੀ ਤੇ ਸਾਦਾ ਖਾਣਾ, ਤੇ ਉਹ ਖਾਣੇ ਦਾ ਵੀ ਕਹਿੰਦੇ ਨਾ ਤੁਹਾਡੀ ਬੋਡੀ ਤੇ ਬੜਾ ਅਸਰ ਪੈਂਦਾ ਹੈ, ਤੇ ਫਿਰ ਉਹ ਦੈਟਸ ਵਾਈ ਉਹਨਾਂ ਦਾ। ਬਿਲਕੁਲ, ਕਹਿੰਦੇ ਜੀ ਜਿੱਦਾਂ ਦਾ ਖਾਣਾ ਅੰਨ ਉਦਾਂ ਦਾ ਹੋਣਾ ਮਨ, ਜਿੱਦਾਂ ਦਾ ਪਾਣੀ ਉਦਾਂ ਦੀ ਵਾਣੀ, ਉਦਾਂ ਦੀ ਵਾਣੀ। ਹਾਂ, ਇਹਦਾ ਅਸਰ ਬਹੁਤ ਚੀਜ਼ਾਂ
ਅਸਲ ਦੇ ਵਿੱਚ ਬਰੀਕੀ ਜਿਹੜੀ ਹੈ ਨਾ ਸਾਡੀ ਦਰਸ਼ਨ ਸ਼ਾਸਤਰ ਦਾ ਤਾਂ ਕਿਸੇ ਨੂੰ ਅੱਜ ਕੱਲ ਮੈਨੂੰ ਲੱਗਦਾ ਅੱਜ ਦੇ ਯੂਥ ਨੂੰ ਸਮਝ ਨਹੀਂ ਹੋਣਾ ਦਰਸ਼ਨ ਸ਼ਾਸਤਰ ਕੀ ਹੁੰਦਾ ਹੈ। ਬਹੁਤ ਸਾਰੀਆਂ ਚੀਜ਼ਾਂ ਸਾਡੇ ਜਿਹੜੀਆਂ ਇਹ ਹੋਈਆਂ ਨਾ, ਅੱਜ ਤਾਂ ਆਈਲੈਟਸ ਹੀ ਪਤਾ, +2 ਕੀਤੀ, ਆਈਲੈਟਸ ਕੀਤੀ, ਚਲੋ ਜੀ ਕੈਨੇਡਾ, ਅਮੈਰੀਕਾ, ਇੰਗਲੈਂਡ, ਮਤਲਬ ਇਸ ਤੋਂ ਜ਼ਿਆਦਾ ਸੋਰੀ ਮੈਂ ਲਫ਼ਜ਼ ਨਹੀਂ ਯੂਜ਼ ਕਰਨਾ ਚਾਹੁੰਦੀ ਹੈ, ਇਸ ਤੋਂ ਜ਼ਿਆਦਾ ਜੀ ਬੇਸਮਝ ਲੋਕ ਕੌਣ ਹੋਣਗੇ ਜਿਹੜੇ ਆਪਣੇ ਘਰ ਦੇ ਵਿੱਚ ਹੀਰੇ ਜਵਾਹਰਾਤ ਛੱਡ ਕੇ ਜੀ 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 ਬਾਹਰ ਰੋੜੇ ਚੁਗਣ ਜਾ ਰਹੇ ਹੈ। ਬਿਲਕੁਲ ਸਹੀ ਜੀ, ਬਿਲਕੁਲ ਸਹੀ, ਬਿਲਕੁਲ ਤੁਸੀਂ ਮੇਰੇ ਮਨ ਦੀ ਗੱਲ ਕੀਤੀ ਹੈ ਜੀ। ਹਾਂ ਬਿਲਕੁਲ, ਅਸੀਂ ਉਹ ਰੋੜੇ ਚੁਗਣ ਜਾ ਰਹੇ ਹਾਂ। ਅਸੀਂ ਦੇਖੋ ਸਾਡੇ ਇੱਥੇ 6 ਰੁੱਤਾਂ ਨੇ, ਸੂਰਜ ਦੇਵਤਾ ਦਰਸ਼ਨ ਦਿੰਦੇ ਨੇ, ਉੱਥੇ ਸੂਰਜ ਦੇਵਤਾ ਦਰਸ਼ਨ ਨਹੀਂ ਦਿੰਦੇ, ਉਹਨਾਂ ਨੂੰ ਸਕਿਨ ਡਿਸੀਜ਼ ਇੰਨੀ ਹੁੰਦੀਆਂ ਜਿਹਦਾ ਕੋਈ ਹਿਸਾਬ ਨਹੀਂ, ਔਰ ਮੈਂਟਲੀ ਡਿਸਆਰਡਰ ਇੰਨਾ ਹੈ, ਉਹਦਾ ਪ੍ਰੋਬਲਮ ਇਹੀ ਹੈ ਕਿ ਇਮੋਸ਼ਨਲ ਲੈਵਲ ਤੇ ਉਹ ਲੋਕ ਜਿਹੜੇ ਨੇ ਇਮਬੈਲੈਂਸ ਨੇ। ਬਿਲਕੁਲ, ਹਰ ਹਰ ਲੈਵਲ ਤੇ ਇੰਬੈਲੈਂਸ ਤੇ ਮੈਂ ਇਮੋਸ਼ਨਲੀ ਦੇਖੋ ਹੋ ਸਾਡੇ ਗਿਆ। ਬੈਲੈਂਸ ਤਾਂ ਦੇਖੋ, ਮਾਸੀ ਆ, ਭੂਆ ਆ, ਚਾਚੀ ਆ, ਤਾਈ ਆ, ਮਤਲਬ ਹਰ ਰਿਸ਼ਤੇ ਦਾ ਅਲੱਗ ਅਲੱਗ ਰੰਗ ਆ, ਉਹਦੇ ਨਾਲ ਸਾਡੀ ਜਿਹੜੀ ਨੇਚਰ ਆ ਉਹ ਕਿਤੇ ਬੈਲੈਂਸ ਰਹਿੰਦੀ ਆ। ਹਾਂਜੀ ਹਾਂਜੀ ਹਾਂਜੀ, ਇਹਨਾਂ ਚੀਜ਼ਾਂ ਇਹਨਾਂ ਲੋਕਾਂ ਦਾ ਧਿਆਨ ਹੀ ਨਹੀਂ ਹੈ। ਅੱਛਾ ਗਲੋਰੀ ਬਾਬਾ ਜੀ, ਤੁਸੀਂ ਆਪਣੇ ਮਤਲਬ ਮਿਊਜ਼ਿਕ ਦੇ ਵਿੱਚ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਹੋਏਗੀ? ਹਾਂਜੀ ਮੈਮ, ਮੈਂ ਐਮਏ ਐਮਫਿਲ ਆ, ਮੈਂ ਸੰਗੀਤ ਸਾਜ਼ ਮਿਊਜ਼ਿਕ ਇਨਸਟਰੂਮੈਂਟ ਦੇ ਵਿੱਚ। ਅੱਛਾ ਜੀ ਜੀ, ਮੈਂ ਸਿਤਾਰ ਸਿਤਾਰ ਦੇ ਵਿੱਚ ਮੈਂ ਐਮਫਿਲ ਕੀਤੀ ਹੈ। ਕੀ ਬਾਤ ਹੈ, ਮੇਰਾ ਕਦੀ ਬੜਾ ਸ਼ੌਕ ਹੁੰਦਾ ਸੀ ਪਰ ਪੂਰਾ ਨਹੀਂ ਹੋਇਆ। ਅੱਛਾ ਜੀ, ਇੱਕ ਮਟਕਾ ਮੈਂ ਆਪਣੇ ਆਕਾਸ਼ਵਾਣੀ ਜਲੰਧਰ ਤੇ ਵੀ ਦੇਖਿਆ, ਮੈਂ ਆਕਾਸ਼ਵਾਣੀ ਜਲੰਧਰ ਤੋਂ ਹੀ ਕੰਮ ਕੀਤਾ। ਹਾਂਜੀ, ਮਟਕਾ ਮਟਕਾ ਜੀ, ਮਟਕੇ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸਰ। ਮਟਕੇ ਦੇ ਜੀ ਜਨਾਨੀਆਂ ਦੀ ਨਾ ਸ਼ੁਰੂਆਤੀ ਜਿਹੜੇ ਗਾਣੇ ਨੇ ਨਾ ਸਾਡੇ, ਜਿਹੜੇ ਪੁਰਾਣੇ ਲੋਕ ਗਾਣੇ, ਉਹ ਲੇਡੀਜ਼ ਕੀ ਕਰਦੀਆਂ ਸੀ, ਮਨੋਰੰਜਨ ਦਾ ਸਾਧਨ ਉਹਨਾਂ ਕੋਲ ਕੀ ਸੀ ਉਦੋਂ, ਟੀਵੀ ਰੇਡੀਓ ਤੇ ਕੁਛ ਹੁੰਦਾ ਨਹੀਂ ਸੀ, ਬਸ ਇਸ ਤਰ੍ਹਾਂ ਇਕੱਠੇ ਹੋ ਜਾਣਾ, ਮਟਕਾ ਫੜ ਲੈਣਾ, ਉਹਦੇ ਤੇ ਉੱਤੇ ਹੱਥ ਮਾਰ ਮਾਰ ਕੇ, ਜਿਵੇਂ ਗਾਗਰ ਗਾਗਰ ਮਟਕੇ ਘਰਾਂ 'ਚ ਹੁੰਦੇ ਸੀ, ਉਹਨਾਂ ਦੇ ਉੱਤੇ ਹੱਥ ਮਾਰ ਮਾਰ ਕੇ, ਤੇ ਉਹਨਾਂ ਨੇ ਥਾਲ ਗਾਣੇ। ਇੱਕ ਹੋਰ ਹੁੰਦਾ ਸੀ ਮੈਡਮ, ਛਾਨਣੀ ਜੀ ਤਰ੍ਹਾਂ ਹੁੰਦਾ ਸੀ, ਨਾਲ ਉਹਦੇ ਕੁਛ ਲੱਗੇ ਹੁੰਦੇ ਸੀ ਜੀ ਜੀ, ਉਹਨੂੰ ਖੰਜਰੀ ਕਹਿੰਦੇ ਨੇ, ਖੰਜਰੀ। ਅੱਛਾ ਜੀ ਹਾਂਜੀ, ਇਹ ਤੁਸੀਂ ਅਕਸਰ ਦੇਖਿਆ ਹੋਏਗਾ, ਗੁਰਦਾਸ ਮਾਨ ਭਾਜੀ ਆਪਣੀ ਸਟੇਜ ਤੇ ਬਿਲਕੁਲ ਖੰਜਰੀ ਦਾ ਇਸਤੇਮਾਲ ਕਰਦੇ ਨੇ ਜੀ, ਇਹ ਵੀ ਲੋਕ ਸਾਜ ਹੈ ਸਾਡਾ, ਖੰਜਰੀ, ਚਿਮਟਾ, ਢੋਲ, ਗਾਗਰ, ਮਟਕਾ ਜੀ, ਅਲਗੋਜ਼ੇ ਜੀ, ਹਾਂਜੀ ਇਹ ਸਾਡੇ ਹੁਣ ਅੱਜ ਕੱਲ ਤੇ ਕਾਫੀ, ਚਲੋ ਬੁਕਚੂ ਹੈ, ਬੁਕਚੂ ਵੀ ਵਜਾਉਂਦੇ ਨੇ। ਤੇ ਉਹ ਕੀ ਚੀਜ਼ ਹੁੰਦੀ ਜੀ? ਬੁਕਚੂ ਹੁੰਦਾ ਜੀ, ਉਹ ਕੱਛ ਦੇ ਵਿੱਚ ਰੱਖ ਕੇ ਤੇ ਇੱਕ ਲੰਬੀ ਜੀ ਤਾਰ ਹੁੰਦੀ ਹੈ, ਤੇ ਉਹਦੇ ਉੱਤੇ ਤਾਰ ਤੇ ਉਹ ਡੰਡੇ ਨਾਲ ਪ੍ਰਹਾਰ ਕਰਕੇ ਤੇ ਉਹਦੇ ਚੋਂ ਆਵਾਜ਼ ਕੱਢੀ ਜਾਂਦੀ ਹੈ, ਬੀਟ ਆਵਾਜ਼ ਕੱਢੀ ਜਾਂਦੀ। ਤੁਸੀਂ ਕਦੀ ਦੇਖਿਆ ਹੋਏਗਾ ਮਲਵਈ ਗਿੱਧਾ, ਜਿਹੜੇ ਬਾਬੇ ਗਿੱਧਾ ਪਾਉਂਦੇ ਨੇ ਮਾਲਵੇ, ਮੈਂ ਪਿਛਲੇ ਪ੍ਰੋਗਰਾਮ 'ਚ ਉਹਨਾਂ ਨੂੰ ਸ਼ਾਮਿਲ ਕੀਤਾ ਸੀ ਜੀ ਜੀ, ਉਹ ਉਹਨਾਂ ਨੇ ਸਾਰੇ ਇੰਸਟਰੂਮੈਂਟ ਫੜੇ ਹੁੰਦੇ ਨੇ, ਸੱਪ, ਚਮਟਾ, ਕਾਟੋ। ਹਾਂ ਕਾਟੋ ਦਾ ਨਾਮ ਲੈਣੀ ਵਾਲੀ ਸੀ, ਮੈਂ ਜ਼ਿਕਰ ਕਰਨ ਵਾਲੀ ਸੀ। ਹਾਂਜੀ ਹਾਂਜੀ, ਇਹ ਸਭ ਉਹਨਾਂ ਨੇ ਫੜਿਆ ਹੁੰਦਾ ਜੀ। ਬਹੁਤ ਕਿਸੇ ਦਿਨ ਆਪਾਂ ਇਹ ਜਿਹੜੇ ਆਪਣੇ ਲੋਕ ਸਾਜ ਹੈ ਨਾ, ਇਹ ਤੇ ਵੀ ਕੁਝ ਬਣਾਵਾਂਗੇ ਆਪਾਂ। ਜੀ 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 ਬਿਲਕੁਲ ਕਰਨਾ ਚਾਹੀਦਾ ਜੀ, ਇਹ ਮੇਰੇ, ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਮੇਰੇ ਮੰਮਾ ਜਦੋਂ ਅਲਗੋਜ਼ਿਆਂ ਨਾਲ ਸਟੇਜ ਤੇ ਗਾਉਂਦੇ ਸੀ ਮੱਟੀਆਂ ਨਾਲ, ਤੇ ਮੇਰੇ ਫਾਦਰ ਸਾਹਿਬ ਅਨਾਉਂਸ ਕਰਦੇ ਹੁੰਦੇ ਸੀ ਕਿ ਇਹ ਡਾਇਨਾਸੌਰ ਹੈ। ਕੀ ਬਾਤ, ਇਹ ਜਿਹੜਾ ਲਗੋਜ਼ਾ ਹੈ ਨਾ, ਇਹ ਡਾਇਨਾਸੌਰ ਹੈ, ਇਹ ਕਹਿੰਦੇ ਲੁਪਤ ਹੋਣ ਵਾਲਾ ਸਾਜ਼ ਹੈ, ਇਹਨੂੰ ਬਚਾ ਲਓ, ਕਿਉਂਕਿ ਗੁਰਮੀਤ ਬਾਬਾ ਜੀ ਆਖਰੀ ਸਿੰਗਰ ਹਨ ਜਿਹੜੇ ਇੱਥੇ ਗਾਉਂਦੇ ਆ। ਮੈਂ ਇਹ ਇਸੇ ਗੱਲ ਤੇ ਆਉਣ ਵਾਲੀ ਸੀ ਕਿ ਉਹਦੇ ਤੇ ਮੇਰਾ ਖਿਆਲ, ਜਿੱਥੇ ਤੱਕ ਮੇਰੀ ਨੌਲੇਜ ਹੈ, ਗੁਰਮੀਤ ਬਾਬਾ ਜੀ ਹੀ ਗਾਉਂਦੇ ਸੀ। ਹਾਂਜੀ, ਪਰ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਮੈਂ ਮੈਨੂੰ 2014 ਦੇ ਵਿੱਚ ਸੰਗੀਤ ਨਾਟਕ ਅਕੈਡਮੀ ਵੱਲੋਂ ਜੀ ਉਸਤਾਦ ਬਿਸਮਿਲਾ ਖਾਨ ਸਾਹਿਬ ਯੁਵਾ ਪੁਰਸਕਾਰ, ਜਿਹੜਾ ਨੈਸ਼ਨਲ ਅਵਾਰਡ ਹੈ, ਮੈਨੂੰ ਮਿਲਿਆ ਹੋਇਆ। ਬਹੁਤ ਅੱਛੇ ਜੀ, ਸਾਡੇ ਇਨ ਦਾ ਫੀਲਡ ਆਫ, ਹਾਂਜੀ ਧੰਨਵਾਦ ਜੀ, ਇਨ ਦਾ ਫੀਲਡ ਆਫ ਫੋਕ ਮਿਊਜ਼ਿਕ। ਤੇ ਅਸੀਂ ਉੱਥੇ ਜਿਹੜੀਆਂ ਉਹ ਜਿਹੜੀ ਸੰਗੀਤ ਨਾਟਕ ਅਕੈਡਮੀ ਹੈ, ਸਾਨੂੰ ਅਲੱਗ ਅਲੱਗ ਇੰਡੀਆ ਦੀ ਅਲੱਗ ਅਲੱਗ ਥਾਵਾਂ ਤੇ ਕਾਨਸਰਟ ਲਈ ਭੇਜਦੇ ਨੇ, ਤੇ ਅਸੀਂ ਸਿਰਫ ਆਪਣੇ ਲੋਕ ਸਾਜ਼ਾਂ ਨਾਲ ਹੀ ਗਾਉਂਦੇ ਹਾਂ। ਕੀ ਬਾਤ ਹੈ, ਬਹੁਤ ਅੱਛੇ, ਬਹੁਤ ਅੱਛੇ। ਮੈਂ ਢੋਲਕੀ, ਚਿਮਟਾ, ਅਲਗੋਜ਼ਿਆਂ ਨਾਲ ਗਾਉਂਦੀ ਹਾਂ, ਜੁਗਨੀ, ਜੋ ਸਾਡੀਆਂ ਲੋਕ ਗਾਥਾਵਾਂ ਨੇ, ਜੋ ਸਾਡੇ ਲੋਕ ਗੀਤ ਨੇ, ਉਹ ਇਹਨਾਂ ਨਾਲ ਹੀ ਗਾਏ ਜਾਂਦੇ ਨੇ, ਜੁਗਨੀ ਮਿਰਜ਼ਾ ਟੀਚਰ ਨੇ। ਮਤਲਬ ਮੰਮਾ ਜਿਹੜੇ ਤੁਹਾਡੀ ਜ਼ਿੰਮੇਵਾਰੀ ਲਾ ਗਏ, ਤੁਸੀਂ ਬਿਹਤਰ ਤਰੀਕੇ ਨਾਲ ਉਹਨੂੰ ਸਮਝ ਰਹੇ ਹੋ ਔਰ ਪੂਰੀ ਵੀ ਕਰੋਗੇ। ਜੀ ਬਿਲਕੁਲ ਮੈਮ, ਇਹ ਸਮੇਂ ਦੀ ਲੋੜ ਵੀ ਹੈ, ਮੇਰੇ ਹੀ ਮੇਰੇ ਵੀ ਘਰ 'ਚ ਬੱਚੇ ਨੇ, ਮੈਂ ਵੀ ਉਹਨਾਂ ਨੂੰ ਕਹਿੰਦੇ ਨਾ ਚੈਰਿਟੀ ਬਿਗਿਨਸ ਐਟ ਹੋਮ, ਘਰੋਂ ਸ਼ੁਰੂ ਹੁੰਦੀ ਹੈ। ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਚੀਜ਼ਾਂ ਸਮਝਾਉਂਦੀ ਹਾਂ ਕਿ ਬੇਟਾ ਜੋ ਕੁਛ ਜਿੱਥੇ ਜੋ ਮਰਜ਼ੀ ਕਰੋ ਤੁਸੀਂ, ਜੋ ਮਤਲਬ ਜੋ ਵੀ ਕਰਨਾ ਹੈ ਕਰੋ, ਪਰ ਆਪਣੀ ਆਪਣੀਆਂ ਜੜ੍ਹਾਂ ਨੂੰ, ਤੁਹਾਡਾ ਪੰਜਾਬੀ ਵਿਰਸਾ ਬਹੁਤ ਅਮੀਰ ਹੈ, ਬਹੁਤ ਜ਼ਿਆਦਾ ਅਮੀਰ ਹੈ, ਇਹਨੂੰ ਇਹਨੂੰ ਸੰਭਾਲਣ ਦੀ ਲੋੜ ਹੈ। ਤੇ ਮੇਰੇ ਮੰਮਾ ਤੋਂ ਬਾਅਦ ਮੈਂ ਹਾਂ, ਤੇ ਮੇਰੇ ਤੋਂ ਬਾਅਦ ਤੁਸੀਂ ਹੋਣਾ ਵਾ, ਤੇ ਮੇਰੀ ਲਾਚੀ ਦੀ ਜਿਹੜੀ ਬੇਟੀ ਹੈ ਉਹ ਤੀਸਰੀ ਪੀੜ੍ਹੀ ਹੋ ਗਈ ਗੁਰਮੀਤ ਬਾਬਾ ਜੀ ਦੀ, ਜੀ ਅਸੀਂ ਇਕੱਠੇ ਸਟੇਜ ਤੇ ਗਾਉਂਦੇ ਹਾਂ।
ਕਿਆ ਲੋਕ ਪਤਾ ਨਾ। ਬਹੁਤ ਅੱਛੇ ਬਹੁਤ ਅੱਛੇ। ਅੱਛਾ ਮੈਡਮ, ਇਹ ਆਪਾਂ ਇਸ ਚੀਜ਼ ਤੇ ਵੀ ਆਵਾਂਗੇ ਕਿ ਗੁਰਮੀਤ ਬਾਬਾ ਜੀ ਦੀ ਯਾਦਗਾਰ ਬਾਰੇ ਸਰਕਾਰ ਕੀ ਕਰ ਰਹੀ ਹੈ, ਉਹਨਾਂ ਨੇ ਸ਼ੁਰੂ ਕੀਤਾ ਕੰਮ ਜਾਂ ਨਹੀਂ ਕੀਤਾ। ਤੇ ਤੁਸੀਂ ਆਪਣੇ ਸਿਸਟਰ ਲਾਚੀ ਬਾਬਾ ਜੀ ਤੇ ਗੁਰਮੀਤ ਬਾਬਾ ਜੀ ਨੂੰ ਯਾਦ ਕਰਕੇ ਕਿਹੜਾ ਗੀਤ ਗੁਣਗੁਣਾਉਂਦੇ ਹੋ ਅਕਸਰ? ਅਸੀਂ ਤਿੰਨਾਂ ਨੇ ਮੈਮ ਇੱਕ ਗੀਤ ਗਾਇਆ ਸੀ ਜਿਹੜਾ ਮੈਨੂੰ ਬੜਾ ਪਸੰਦ ਹੈ, ਦਿਲੀ ਤੌਰ ਤੇ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਵਾਕਿਆ ਬਹੁਤ ਬਹੁਤ ਸੋਹਣਾ ਗਾਣਾ ਮੈਂ ਸੁਣਿਆ ਹੈ ਜੀ। ਇਹ ਅਸੀਂ ਇਹ ਮੇਰਾ ਮੰਮੀ ਦਾ ਤੇ ਈਵਨ ਮੇਰੇ ਫਾਦਰ ਸਾਹਿਬ ਦੇ ਵੀ ਪਸੰਦੀਦਾ ਗਾਣਾ ਹੈ, ਅੱਛਾ ਜੀ, ਤੇ ਮੈਂ ਉਹ ਹੀ ਤੁਹਾਨੂੰ ਗੁਣਗੁਣਾਉਣਾ ਚਾਹਾਂਗੀ ਕਿਉਂਕਿ ਅਸੀਂ ਇਕੱਠੇ ਗਾਉਂਦੇ ਸੀ। ਜੀ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕੋਈ ਘਰ ਦੀਆਂ ਗੱਲੋੜੀਆਂ ਨੀ ਕਣਕਾਂ ਲੰਮੀਆਂ, ਧੀਆਂ ਕਿਉਂ ਜੰਮੀਆਂ ਨੀ ਮਾਏ। ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ, ਕੋਈ ਟੁੱਟਦੀ ਕਹਿਰਾਂ ਦੇ ਨਾਲ ਨੀ ਕਣਕਾਂ ਨਿਸਰੀਆਂ, ਧੀਆਂ ਕਿਉਂ ਵਿਸਰੀਆਂ ਮਾਏ। ਵਾਹ ਜੀ ਵਾਹ, ਬਹੁਤ ਥੋੜਾ ਮੇਰਾ ਅੱਖਾਂ ਚ ਥੋੜੇ ਨਮ ਹੋ ਗਈਆਂ। ਨਹੀਂ ਸਮਝ ਆ ਰਹੀ, ਮੈਂ ਸਮਝ ਸਕਦੀ ਮੈਡਮ, ਬਹੁਤ ਚੰਗੀ ਤਰ੍ਹਾਂ ਸਮਝ ਸਕਦੀ ਇਸ ਚੀਜ਼ ਨੂੰ। ਚਲੋ ਅਸੀਂ ਹੁਣ ਇਹ ਚੀਜ਼ ਤਾਂ ਨਹੀਂ ਕਰ ਸਕਦੇ। ਅੱਛਾ ਜਿਹੜੀ ਆਪਾਂ ਯਾਦਗਾਰ ਦੀ ਗੱਲ ਕਰ ਰਹੇ ਹਾਂ ਗੁਰਮੀਤ ਬਾਵਾ ਜੀ ਦੀ, ਇੰਨਾ ਅਮੀਰ ਵਿਰਸਾ ਜਿਹੜਾ ਉਹਨਾਂ ਦੇ ਕੋਲ ਸੀ, ਸੱਭਿਆਚਾਰ ਦੀ ਇੰਨੀ ਉਹਨਾਂ ਨੇ ਸੇਵਾ ਕੀਤੀ, ਤੇ ਜ਼ਰੂਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਹੋਵੇ ਕਿ ਕੌਣ ਸੀ ਗੁਰਮੀਤ ਬਾਵਾ। ਤੇ ਉਹਦੇ ਲਈ ਅਕਸਰ ਇਹ ਜਿਹੜੀਆਂ ਇਮਾਰਤਾਂ ਹੁੰਦੀਆਂ ਨੇ ਜਾਂ ਕੁਛ ਹੋਰ ਬਣਾਇਆ ਜਾਂਦਾ, ਤੇ ਸਰਕਾਰ ਇਹਦੇ ਪ੍ਰਤੀ ਕੀ ਕਰ ਰਹੀ ਹੈ, ਕੀ ਸੋਚ ਰਹੀ ਹੈ? ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਭਾਰਤ ਸਰਕਾਰ ਨੇ ਮੰਮਾ ਨੂੰ ਪਦਮ ਭੂਸ਼ਣ ਜੀ ਅਵਾਰਡ ਨਾਲ ਸਨਮਾਨਿਤ ਕੀਤਾ ਹੈ 26 ਜਨਵਰੀ ਨੂੰ। ਹਾਂਜੀ, ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ। ਹਾਂਜੀ ਧੰਨਵਾਦ ਜੀ। ਪਹਿਲਾਂ ਤੇ ਉਹਨਾਂ ਦੇ ਹਿੱਸੇ ਜਿਹੜਾ ਹੈ ਅਵਾਰਡ ਪਿਆ ਇਹ ਉਹ ਡਿਜ਼ਰਵ ਕਰਦੇ ਸੀ ਜੀ। ਉਹ ਆਪਣੇ ਆਪ 'ਚ ਇੱਕ ਯੂਨੀਵਰਸਿਟੀ ਸਨ ਪੋਖ ਲੋੜ ਦੀ ਜੀ, ਔਰ ਉਹਦੇ ਤੇ ਸਰਕਾਰ ਨੇ ਇੱਕ ਮਤਲਬ ਪੰਜਾਬ ਸਰਕਾਰ ਨੇ ਇਹ ਆਵਾਜ਼ ਉਠਾਈ ਹੈ ਕਿ ਗੁਰਮੀਤ ਬਾਵਾ ਜੀ ਦੇ ਨਾਮ ਤੇ ਇੱਕ ਅਕੈਡਮੀ ਖੋਲੀ ਜਾਵੇ। ਬਹੁਤ ਅੱਛੀ ਗੱਲ ਦੇ ਕਰਕੇ ਕਿ ਬੱਚੇ ਉਹਨਾਂ ਉਸ ਅਕੈਡਮੀ ਵਿੱਚ ਦਾਖਲਾ ਲੈ ਕੇ ਲੋਕ ਸੰਗੀਤ ਬਾਰੇ, ਲੋਕ ਸਾਡਾ ਜੋ ਤਾਜ਼ ਲੋਕ ਸੰਗੀਤ ਜੋ ਵੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ, ਬੱਚਿਆਂ ਨੂੰ ਨਵੀਆਂ ਪਨੀਰੀਆਂ ਤਿਆਰ ਕੀਤੀਆਂ ਜਾਣ। ਬਿਲਕੁਲ ਹਾਂਜੀ। ਤੇ ਉਸ ਤੋਂ ਇਲਾਵਾ ਅਸੀਂ ਵੀ ਮੰਗ ਰੱਖੀ ਹੈ ਕਿ ਗੁਰਮੀਤ ਬਾਵਾ ਜੀ ਦੀ ਇੱਕ ਮਤਲਬ ਉਹਨਾਂ ਦੀ ਜੀਵਨੀ ਤੇ ਜਾਂ ਜੋ ਉਹਨਾਂ ਨੇ ਜੋ ਕੰਮ ਕੀਤੇ ਨੇ ਉਹਦੇ ਤੇ ਵੀ ਬੰਦੇ ਬੱਚਿਆਂ ਦਾ ਬੱਚਿਆਂ ਨੂੰ ਸਿਲੇਬਸ ਦੇ ਵਿੱਚ ਪੜ੍ਹਾਇਆ ਜਾਵੇ ਜੀ। ਉਹਨਾਂ ਨੇ ਜੋ ਜੀਵਨੀ ਲਿਖੀ ਹੋਈ ਹੈ ਜੀਵਨੀ ਨਹੀਂ ਸਾਡੇ ਕੋਲ ਹੈ ਨਾ ਜੋ ਜੋ ਮੰਮਾ ਨੇ ਕੀਤਾ ਹੈ, ਪਰ ਉਹ ਮੈਂ ਚਾਹੁੰਦੀ ਹਾਂ ਕਿ ਬੱਚਿਆਂ ਦੇ ਜੋ ਸਿਲੇਬਸ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਰੂਰ ਪੜ੍ਹਾਇਆ ਜਾਵੇ ਗੁਰਮੀਤ ਬਾਵਾ ਜੀ ਬਾਰੇ ਜੀ ਜੀ, ਜੋ ਉਹਨਾਂ ਨੇ ਕੀਤਾ ਹੈ, ਜੋ ਉਹਨਾਂ ਨੇ ਸਮਾਜ ਵਾਸਤੇ ਕੀਤਾ ਹੈ, ਜੋ ਪੰਜਾਬ ਨੂੰ ਉੱਚਾ ਚੁੱਕਣ ਲਈ ਕੀਤਾ ਹੈ। ਜੀ ਬਿਲਕੁਲ, ਸਾਡੀ ਇਹ ਕੋਸ਼ਿਸ਼ ਰਹੇਗੀ ਜੀ, ਅਸੀਂ ਉਹਨਾਂ ਦੇ ਉੱਤੇ ਜਿੰਨੇ ਵੀ ਇਹ ਡਾਕੂਮੈਂਟਸ ਆ ਉਹਨਾਂ ਨੂੰ ਸੰਕਲਿਤ ਕਰਨ ਦੇ ਵਿੱਚ ਥੋੜੀ ਮਦਦ ਕੀਤੀ ਜਾਵੇ, ਕਿਤੇ ਵੀ ਸਾਡੀ ਲੋੜ ਹੋਵੇ ਤਾਂ ਅਸੀਂ ਹਾਜ਼ਰ ਹਾਂ। ਉਹਨਾਂ ਦੀ ਜੀਵਨੀ ਲਿਖਣ ਦਾ ਤੁਸੀਂ ਸਾਨੂੰ ਮੌਕਾ ਦਿੰਦੇ ਹਾਂ ਤਾਂ ਸਾਨੂੰ ਹੋਰ ਵੀ ਵਧੀਆ ਲੱਗੂਗਾ, ਬਹੁਤ ਅੱਛਾ ਲੱਗੂਗਾ, ਸਾਡੇ ਲਈ ਬੜੀ ਮਾਣ ਦੀ ਗੱਲ ਹੋਏਗੀ। ਅੱਛਾ ਜਾਂਦੇ ਜਾਂਦੇ ਮੈਡਮ, ਮੈਂ ਫਿਰ ਇੱਕ ਵਾਰ ਇਹ ਰਿਪੀਟ ਕਰਨਾ ਚਾਹੁੰਦੀ ਹਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ, ਹਾਂਜੀ ਹਾਂਜੀ, ਜੇ ਅਸੀਂ ਉਹਨੂੰ ਨਾ ਸਵਾਰਿਆ, ਜੇ ਅਸੀਂ ਉਹਨੂੰ ਨਾ ਮਤਲਬ ਰੱਖਿਆ ਸਾਂਭ ਕੇ, ਔਰ ਇਹ ਕੱਲੀ ਫੋਕ ਮਿਊਜ਼ਿਕ ਦੀ ਗੱਲ ਨਹੀਂ ਹੈ, ਇਹਨੂੰ ਗਹਿਰਾਈ ਨਾਲ ਸਮਝੋ। ਜਿੱਦਾਂ ਮੈਂ ਕਹਿ ਰਹੀ ਹਾਂ ਕਿ ਜਿਹੜੀ ਇਹ ਕਹਿੰਦੇ ਤੇਰੇ ਵਸਣ ਨੂੰ ਕੋਠਣੀਆਂ, ਤੇਰੇ ਵਸਣ ਨੂੰ ਵਿਹੜਾ, ਹੈ ਨਾ ਜੀ 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 ਜੀ, ਇਹ ਗੱਲਾਂ ਸਾਡੇ ਕਿਤੇ ਇਹ ਲਿਵਿੰਗ ਰਿਲੇਸ਼ਨਸ਼ਿਪ ਨਾਲ ਜੁੜੀਆਂ ਹੋਈਆਂ, ਹੁਣ ਤਾਂ ਕੋਈ ਵਿਹੜੇ ਚ ਨਹੀਂ ਵਸਦਾ। ਜੀ ਜੀ ਬਿਲਕੁਲ ਜੀ, ਠੀਕ ਹੈ, ਹੌਲੀ 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 ਅੱਜ ਕੱਲ ਤਾਂ ਹੁਣ ਕੀ ਕਹੀਏ ਕਿ ਸੇਮ ਸੈਕਸ ਮੈਰਿਜ ਹੋ ਰਹੀ ਹੈ ਔਰ ਉਹਨੂੰ ਬੜਾ ਐਪਰੀਸ਼ੀਏਟ ਕੀਤਾ ਜਾ ਰਿਹਾ, ਉਹਦੇ ਤੇ ਕਾਨੂੰਨ ਵੀ ਬੜੀ ਜਲਦੀ ਪਾਸ ਹੋ ਜਾਂਦੇ ਆ, ਮਤਲਬ ਸਾਡਾ ਸਮਾਜ ਹੌਲੀ ਹੌਲੀ ਘੁਣ ਲੱਗਣਾ ਸ਼ੁਰੂ ਹੋ ਗਿਆ। ਇਹ ਕੋਈ ਦੂਰ ਨਹੀਂ ਹੈਗਾ, ਉਹ ਦਿਨ ਦੂਰ ਨਹੀਂ ਹੈਗਾ ਜਦੋਂ ਪੂਰਾ ਇਹ ਕਰ ਦੇਣਗੇ ਖਤਮ। ਤੁਹਾਨੂੰ ਕੀ ਲੱਗਦਾ ਕਿ ਕਿਹੋ ਜਿਹੇ ਸੁਧਾਰ ਹੋਣੇ ਚਾਹੀਦੇ, ਸਕੂਲੀ ਪੱਧਰ ਤੋਂ ਸ਼ੁਰੂ ਹੋ ਜਾਣ? ਮੇਰਾ ਖਿਆਲ ਤਾਂ ਇਹ ਹੈ, ਕਾਲਜ ਜਾਂਦੇ ਤਾਂ ਬੰਦਾ ਪੱਕ ਜਾਂਦੀ ਮਿੱਟੀ, ਪੱਕ ਜਾਂਦਾ ਕੱਚੀ ਮਿੱਟੀ ਦਾ, ਸਕੂਲਾਂ ਚ ਕੱਚੀ ਮਿੱਟੀ ਦਾ ਹੀ ਭਾਂਡਾ ਬਣਦਾ ਮੈਡਮ, ਤੇ ਕੱਚੀ ਮਿੱਟੀ ਮੈਂ ਇਹੋ ਹੀ ਕਹਿੰਦੀ ਹਾਂ ਕਿ ਸਕੂਲਾਂ ਤੋਂ ਇਹ ਸਾਰੀਆਂ ਚੀਜ਼ਾਂ ਸ਼ੁਰੂ ਕਰਨੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਦੱਸਣਾ ਚਾਹੀਦਾ ਵਾ ਕਿ ਸਾਡੀਆਂ ਕਦਰਾਂ ਕੀਮਤਾਂ ਕੀ ਨੇ, ਸਮਾਜਿਕ ਕਦਰਾਂ ਕੀਮਤਾਂ ਕੀ ਨੇ ਜੀ, ਸਾਡਾ ਸਮਾਜ ਕੀ ਹੈ, ਸਾਡਾ ਅਸੀਂ ਕਿਸ ਤਰ੍ਹਾਂ ਵਿਚਰਨਾ ਹੈ ਤੇ ਸੋਹਣੇ ਤਰੀਕੇ ਨਾਲ ਕਿਸ ਤਰ੍ਹਾਂ ਵਿਚਰਨਾ ਹੈ, ਇਹ ਬੱਚਿਆਂ ਨੂੰ ਸ਼ੁਰੂ ਤੋਂ ਹੀ ਪੜ੍ਹਾਉਣਾ ਚਾਹੀਦਾ।
ਮੇਰਾ ਖਿਆਲ ਹੁਣ ਸਾਡੇ ਪਹਿਲਾਂ ਤੁਸੀਂ ਬਾਲ ਸਭਾਵਾਂ ਹੁੰਦੀਆਂ ਸੀ, ਹੁਣ ਮੈਨੂੰ ਤਾਂ ਪਤਾ ਨਹੀਂ ਹੁੰਦੀਆਂ ਕਿ ਨਹੀਂ ਹੁੰਦੀਆਂ। ਨਹੀਂ ਯਾਰ ਸਾਡੇ ਕੁਝ ਵੀ ਨਹੀਂ ਹੁੰਦਾ ਜੀ ਹੁਣ, ਬਾਲ ਸਭਾਵਾਂ ਪਹਿਲਾਂ ਹੀ ਹੁੰਦੀਆਂ ਸੀ, ਮੰਮਾ ਨੇ ਬਾਲ ਸਭਾਵਾਂ ਫਿਰ ਗਾਣਾ ਸ਼ੁਰੂ ਕੀਤਾ ਸੀ। ਅੱਛਾ ਮਤਲਬ ਜੀ, ਬਾਲ ਸਭਾਵਾਂ ਹੀ ਸਾਰੀਆਂ, ਮਤਲਬ ਹੁਣ ਨਹੀਂ ਹੁੰਦੀਆਂ, ਹੁਣ ਤੇ ਅਸੀਂ ਵੀ ਜਦੋਂ ਹੁੰਦੇ ਸੀ ਸਕੂਲਾਂ 'ਚ ਪੜ੍ਹੇ ਹਾਂ ਉੱਥੇ ਸਾਡੇ ਟਾਈਮ 'ਤੇ ਖਤਮ ਹੋ ਗਈਆਂ ਸੀ। ਹਾਂ ਤੇ ਮੈਡਮ ਹਾਂਜੀ ਇਹ ਚੀਜ਼ਾਂ ਜਿਹੜੀਆਂ ਆ ਇਹ ਹੋਣੀਆਂ ਚਾਹੀਦੀਆਂ। ਤੁਸੀਂ ਜਦੋਂ ਵੀ ਕੋਈ ਮੰਗ ਰੱਖਦੇ ਸਰਕਾਰ ਦੇ ਅੱਗੇ ਤਾਂ ਤੁਸੀਂ ਇਹ ਰੱਖੋ ਮੰਗਾਂ। ਮੈਂ ਜੀ ਮੈਂ ਅਸੀਂ ਮੈਂ ਤਾਂ ਤੁਹਾਨੂੰ ਕਹਿੰਦੀ ਹਾਂ ਅਸੀਂ ਗਲੀ ਗਲੀ ਹੌਕਾ ਦਿੰਦੇ ਹਾਂ, ਅਸੀਂ ਸਰਕਾਰਾਂ ਨੂੰ ਵੀ ਮਿਲ ਕੇ ਕਿਹਾ ਵੈ ਕਿ ਸਾਡੇ ਜਿਹੜੇ ਸਮਾਜ ਦਾ ਜਿਹੜਾ ਅਟੁੱਟ ਹਿੱਸਾ ਹੈ ਜੀ, ਸਾਡੇ ਲੋਕ ਗੀਤ ਨੇ ਇਹ ਸਾਡਾ, ਕਿਉਂਕਿ ਤੁਹਾਡਾ ਜਿਹੜਾ ਕਲਚਰ ਹੈ ਕਿਤੋਂ ਬਾਹਰੋਂ ਨਹੀਂ ਆਇਆ, ਇਹ ਕਲਚਰ ਹੈ, ਤੁਸੀਂ ਆਪਣਾ ਕਿਸੇ ਨਾਲ ਤੁਹਾਡਾ ਤੁਹਾਡੀ ਹੋਸਪਿਟੈਲਿਟੀ ਹੈ ਜਿਹੜੀ ਉਹ ਕਲਚਰ ਜੀ, ਤੁਹਾਡਾ ਜਿਹੜਾ ਤੁਸੀਂ ਕਿਸੇ ਦੀ ਆਓ ਭਗਤ ਕਿਸ ਤਰ੍ਹਾਂ ਕਰਦੇ ਹੋ ਕਲਚਰ ਹੈ, ਤੁਸੀਂ ਬਿਲਕੁਲ ਕਿਸੇ ਨਾਲ ਬੋਲ ਕਿਸ ਤਰ੍ਹਾਂ ਰਹੇ ਹੋ ਉਹ ਤੁਹਾਡਾ ਕਲਚਰ ਹੈ। ਬਿਲਕੁਲ ਜੀ, ਸਾਡੀ ਨੇਚਰ ਔਰ ਚੋਂ ਪਤਾ ਲੱਗਦੀ ਹੈ। ਹਾਂ ਜੇ ਤੁਸੀਂ ਕਿਸ ਚੀਜ਼ ਨੂੰ, ਤੁਹਾਡਾ ਪੌਣ ਪਾਣੀ ਕੀ ਹੈ, ਤੁਹਾਡਾ ਰਹਿਣੀ ਬਹਿਣੀ ਕੀ ਹੈ, ਤੁਸੀਂ ਕਿਸ ਮਿੱਟੀ ਤੋਂ ਆਏ ਹੋ, ਇੱਕ ਬੰਦੇ ਤੋਂ ਹੀ ਪਤਾ ਲੱਗ ਜਾਂਦਾ। ਇਹਨੂੰ ਸੰਭਾਲਣ ਦੀ ਲੋੜ ਹੈ ਸਾਡੇ, ਅਗਰ ਤੁਸੀਂ ਅਧਿਐਨ ਕਰਕੇ, ਮੈਂ ਯੂਥ ਨੂੰ ਇਹ ਕਰਾਂਗੀ ਕਿ ਤੁਸੀਂ ਜੇ ਲੋਕ ਇੱਕ ਟਾਈਮ ਕੱਢ ਕੇ ਤੁਸੀਂ ਆਪਣਾ ਜਿਹੜਾ ਸਾਡੇ ਲੋਕ ਗੀਤ ਨੇ, ਸਾਡੀਆਂ ਲੋਕ ਗਾਥਾਵਾਂ ਨੇ, ਉਹਨਾਂ ਨੂੰ ਪੜ੍ਹੋ, ਐਟਲੀਸਟ ਉਹਨਾਂ ਨੂੰ ਪੜ੍ਹੋ, ਉਹਦੇ 'ਚ ਬਹੁਤ ਬਹੁਤ ਵੱਡੀਆਂ ਸਿੱਖਿਆਵਾਂ ਨੇ, ਬਿਲਕੁਲ ਬਹੁਤ ਬਹੁਤ ਵੱਡੀਆਂ। ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਜਿਵੇਂ ਇਹ ਗਾਣਾ ਤੁਸੀਂ ਸੁਣਿਆ ਹੈਗਾ ਸਾਡਾ, ਚਿੜੀਆਂ ਦਾ ਚੰਬਾ ਬਾਬਲ ਸਾਊਡ ਜਾਣਾ, ਹਾਂਜੀ 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 ਸੁਣਿਆ ਹੋਇਆ, ਸੁਣਿਆ ਨਾ, ਹਾਂਜੀ। ਇਹਦੇ ਵਿੱਚ ਇੱਕ ਅੰਤਰ ਆਉਂਦਾ ਹੈ, ਉਹ ਕਹਿੰਦਾ ਵੀ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਨਹੀਂ, ਹਾਂ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਗੁੱਡੀਆਂ ਕੌਣ ਖੇਡੇ, ਹਾਂ ਇਹ ਸੁਣਿਆ। ਤੇ ਬਾਬਲ ਜਵਾਬ ਦਿੰਦਾ ਹੈ ਕਿ ਮੇਰੀਆਂ ਖੇਡਣ ਪੋਤਰੀਆਂ, ਧੀਏ ਘਰ ਜਾ ਆਪਣੇ। ਕੀ ਬਾਤ ਹੈ, ਤੇ ਅੱਜ ਕੱਲ ਦੇਖੋ ਆ ਭਰੂਣ ਹੱਤਿਆ ਵਗੈਰਾ ਜੋ ਵੀ ਚੱਲ ਰਿਹਾ, ਇਸੇ ਕਰਕੇ ਇਹੋ ਹੀ ਇਹਨਾਂ ਨੇ ਪੜ੍ਹਿਆ ਹੁੰਦਾ, ਇਹੋ ਹੀ ਸਭ ਕੁਛ ਕੀਤਾ ਹੁੰਦਾ, ਤੇ ਮੇਰੀਆਂ ਖੇਡਣ ਪੋਤਰੀਆਂ, ਇਹ ਅੱਜ ਦਾ ਗਾਣਾ ਨਹੀਂ ਹੈ ਮੈਡਮ, ਇਹ ਲੋਕ ਗੀਤ ਹੈ, ਕਦੀਆਂ ਪੁਰਾਣਾ ਗਾਣਾ, ਬਿਲਕੁਲ ਉਦੋਂ ਹੀ ਆਵਾਜ਼ ਕੀਤੀ ਗਈ ਹੈ ਤੇ ਮੇਰੀਆਂ ਖੇਡਣ ਪੋਤਰੀਆਂ, ਵੀ ਬਾਬਲ ਜਿਹੜਾ ਖੁਦ ਆ ਉਹ ਦੁਆ ਕਰ ਰਿਹਾ ਕਿ ਮੇਰੇ ਘਰ ਫਿਰ ਧੀ ਆਵੇ, ਮੈਂ ਇੱਕ ਧੀ ਤੋਰ ਦਿੱਤੀ ਹੈ ਤੇ ਹੁਣ ਮੇਰੇ ਫਿਰ ਧੀ ਆਵੇ ਤੇ ਮੇਰੀਆਂ ਖੇਡਣ ਪੋਤਰੀਆਂ। ਮਤਲਬ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਸਭ ਕੁਛ ਸਾਡੇ ਕੋਲ ਹੈ, ਬਸ ਉਹਦਾ ਅਧਿਐਨ ਕਰਨ ਦੀ ਜ਼ਰੂਰਤ ਹੈ ਤੇ ਇਹ ਕੰਮ ਸਕੂਲਾਂ ਤੇ ਸ਼ੁਰੂ ਹੋਣਾ ਚਾਹੀਦਾ ਜੀ। ਜਾਂਦੇ ਜਾਂਦੇ ਇਹੀ ਕਹਾਂਗੇ ਕਿ ਜਿਹੜੇ ਲੋਕ ਗੀਤ ਆ ਉਹ ਸਾਡੀ ਹੋਂਦ ਆ, ਜੇ ਲੋਕ ਗੀਤ ਖਤਮ ਹੋ ਗਏ ਤਾਂ ਸਮਝ ਲਓ ਸਾਡੀ ਹੋਂਦ ਵੀ ਖਤਮ, ਹੋਂਦ ਬਚ ਜਾਏਗੀ, ਬਿਲਕੁਲ ਸਾਡੀ ਹੋਂਦ ਬਚ ਜਾਏਗੀ ਜੀ, ਬਿਲਕੁਲ। ਜੇ ਤੁਸੀਂ ਇਹਨਾਂ ਨੂੰ ਦੁਬਾਰਾ ਸਰਵਾਈਵ ਕਰ ਰਹੇ ਹੋ, ਤੁਸੀਂ ਜੀ ਰਹੇ ਹੋ, ਤੁਹਾਡੇ ਜੀਵਨ ਦੇ ਵਿੱਚ ਬਿਮਾਰੀਆਂ, ਮਾਨਸਿਕ ਰੋਗ ਸਭ ਦੂਰ ਹੋ ਜਾਣਗੇ, ਦੂਰ ਹੋ ਜਾਣਗੇ, ਬਿਲਕੁਲ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਗੁਲਾਬ ਬਾਬਾ ਜੀ, ਔਰ ਸਾਡੀ ਪਰਮਾਤਮਾ ਅੱਗੇ ਇਹੀ ਬੇਨਤੀ ਹੈ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ, ਔਰ ਤੁਸੀਂ ਜਿਹੜੀ ਤੁਹਾਡੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਹੈ ਤੁਸੀਂ ਉਹਨੂੰ ਬਾਖੂਬੀ ਨਿਭਾ ਸਕੋ। ਸਤਿ ਸ਼੍ਰੀ ਅਕਾਲ, ਧੰਨਵਾਦ ਮੈਮ, ਧੰਨਵਾਦ, ਸਤਿ ਸ਼੍ਰੀ ਅਕਾਲ ਮੈਮ।
ਕਿੰਨਾ